ਸਾਸਿਕਾਲ ਜੀ ਸਾਸਿਕਾਲ ਸਵਾਗਤ ਹੈ ਜੀ ਤੇ ਆਪਾਂ ਆਪਣੇ ਲਾਈਵ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸੋ ਸਾਰੇ ਹੀ ਜਿਹੜੇ-ਜਿਹੜੇ ਵੀਰ ਭੈਣਾਂ ਪਹੁੰਚ ਗਏ ਨੇ ਸਾਰਿਆਂ ਨੂੰ ਹੀ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਫਤਿਹ ਜਿਹੜੀ ਉਹ ਅਰਜ ਕਰਨ ਲੱਗੇ ਆ ਜੀ ਪਿਆਰ ਤੇ ਸਤਿਕਾਰ ਨਾਲ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਕ ਲੜੀ ਜਿਹੜੀ ਲੈ ਕੇ ਚੱਲੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਤੇ ਕਿਵੇਂ ਲੋਸ਼ਾ ਮਾ ਹੋਈ ਰੋਸ਼ਨ ਔਰ ਜਲਨੇ ਲੱਗੇ ਪਰਵਾਨੇ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ ਉਹ ਜਦੋਂ مشਾਲ ਜਗ ਚੁੱਕੀ ਹੈ ਉਹ ਲਹਿਰ ਤਰ ਚੁੱਕੀ ਹੈ ਜਿਨੇ ਇਤਿਹਾਸ ਬਦਲ ਲੈਣੇ ਨੇ ਤੇ ਇਤਿਹਾਸ ਰਚਣੇ ਨੇ ਜਿਵੇਂ ਕਹਿੰਦੇ ਨੇ ਨਾ ਵੀ ਉਲਟੀ ਗੰਗਾ ਵਹਾਤੀ ਉਹ ਉਲਟੀ ਗੰਗਾ ਵਹਾਉਣ ਵਾਲੀਆਂ ਗੱਲਾਂ ਹਵਾਵਾਂ ਦੇ ਰੁੱਖ ਮੋੜਨ ਵਾਲੀਆਂ ਗੱਲਾਂ ਉਹ ਪਹਾੜਾਂ ਨਾਲ ਟੱਕਰਾਂ ਲੈਣ ਵਾਲੇ ਯੋਧੇ ਤਿਆਰ ਹੋ ਚੁੱਕੇ ਨੇ ਉਹ ਫौलाਦ ਜੋ ਗੁਰੂ ਨਾਨਕ ਸਾਹਿਬ ਕਮਾ ਕੇ ਦੇ ਗਏ ਨੇ ਉਹਦੀ ਤੇਗ ਤਿਆਰ ਹੋ ਚੁੱਕੀ ਹੈ ਤੇ ਇਸ ਵੇਲੇ ਦਸ਼ਮੇਸ਼ ਪਿਤਾ ਜਾਨੀ ਕਿ 10ਵੇਂ ਗੁਰੂ ਨਾਨਕ ਪਾਤਸ਼ਾਹ ਮੈਂ بار بار ਇਸ ਗੱਲ ਦਾ ਜ਼ਿਕਰ ਤਾਂ ਕਰਦਾ ਕਿਉਂਕਿ ਗੁਰੂ ਸਹਿਬਾਨ ਨੇ ਜਿਹੜੇ ਉਹ ਅਡ ਅਡ ਨਹੀਂ ਹੈਗੇ ਇੱਕੋ ਨੇ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ ਸਮੇਂ ਨਾਲ ਉਹਨਾਂ ਨੇ ਢੰਗ ਚੇਂਜ ਕੀਤਾ ਹੈ ਕੰਮਕਾਰ ਕਰਨ ਦਾ ਹੋਰ ਉਹਨਾਂ ਦਾ ਟੀਚਾ ਜਾਂ ਉਹਨਾਂ ਦਾ ਮਿਸ਼ਨ ਉਹ ਨਹੀਂ ਬਦਲਿਆ ਉਹ ਸੇਮ ਰਿਹਾ ਹੈ ਨਿਗਾਹ ਮਾਰ ਕੇ ਦੇਖ ਲਓ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲੇ ਇੱਕ ਸੱਜਣ ਆਇਆ ਤਾਂ ਨਾਮ ਪੁੱਛਿਆ ਸੀ ਕੀ ਨਾਮ ਹੈ ਕਹਿੰਦਾ ਜੀ ਦਾਨ ਕਹਿੰਦੇ ਜੇ ਗੁਰੂ ਦੇ ਰਾਹ ਤੇ ਚੱਲੇ ਸੱਚੇ ਰਾਹ ਤੇ ਚੱਲੇ ਸਹੀ ਕੰਮ ਕਰੇ ਤਾਂ ਮਰਦਾਨਾ ਬਣੇ ਉਹ ਦਾਨੇ ਤਾਂ ਬਥੇਰੇ ਤੇ ਪਰ ਗੁਰਦੇਵ ਮਰਦਾਨੇ ਬਣਾਉਣਾ ਇਤੇ ਤੇ ਇਧਰ ਮਿੱਟੀ ਦੇ ਮਾਦੋ ਬੜੇ ਤੇ ਜਦੋਂ 10ਵੇਂ ਜਾਮੇ 'ਚ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ ਤਾਂ ਮਿੱਟੀ ਦੇ ਮਾਦੋ ਬੜੇ ਤੇ ਉਹ ਬੰਤੇ ਬਣਾਉਣਾ ਇਤੇ ਗੱਲ ਇੱਕੋ ਹੈ ਚੰਗਾ ਇਨਸਾਨ ਬਣਾਉਣਾ ਸੋ ਗੁਰਦੇਵ ਪਾਤਸ਼ਾਹ ਜੀ ਦਾ ਮਿਸ਼ਨ ਬੜਾ ਉੱਚਾ ਤੇ ਸੋਚਿਆ ਸੀ ਆਪਾਂ ਗੱਲ ਕਰ ਰਹੇ ਸੀ ਕਿ ਕਿਵੇਂ ਪਹਾੜੀਆਂ ਨੇ ਬਹਾਨੇ ਬਣਾ ਕੇ ਗੁਰਦੇਵ ਪਾਤਸ਼ਾਹ ਜੀ ਨੂੰ ਹਰ ਰੋਜ਼ ਤੰਗ ਕਰਨਾ ਸ਼ੁਰੂ ਕਰਤਾ ਬਿਨਾ ਬਜਾ ਤੋਂ ਇਹ ਲੜਾਈਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਮਿਸ਼ਨ ਸੀ ਜਿਹੜਾ ਕਿਉਂਕਿ ਗੁਰਦੇਵ ਪਾਤਸ਼ਾਹ ਨੇ ਕਿਹਾ ਸੀ ਭੈ ਕਾਹੂ ਕੋ ਦੇ ਤ ਨਹਿ ਨਹਿ ਪੈਮਾਨਤਾ ਨਾ ਸੀ ਡਰਦੇ ਆ ਨਾ ਡਰਾਉਨੇ ਆ ਸਾਡਾ ਕਿਸੇ ਨਾਲ ਬੈਰ ਵਿਰੋਧ ਨਹੀਂ ਬਸ ਆਹੀ ਚੀਜ਼ਾਂ ਕਿਹੜੀਆਂ ਕਿ ਗੁਰਦੇਵ ਪਾਤਸ਼ਾਹ ਜੀ ਸਾਰਿਆਂ ਨੂੰ ਬਰਾਬਰ ਸਮਝਦੇ ਨੇ ਇਹਦੇ ਕਰਕੇ ਪਹਾੜੀ ਔਰ ਬ੍ਰਾਹਮਣ ਖੱਤਰੀ ਤੇ ਬ੍ਰਾਹਮਣ ਜਿਹੜੇ ਉੱਚ ਜਾਤ ਦਾ ਹੰਕਾਰ ਕਰਦੇ ਤੇ ਉਹ ਇਸ ਗੱਲ ਕਰਕੇ ਦੁਸ਼ਮਣ ਬਣ ਗਏ ਵੀ ਲੋ ਜੀ ਇਹ ਤਾਂ ਸਾਰਿਆਂ ਨੂੰ ਬਰਾਬਰ ਸਮਝਦੇ ਨੇ ਉੱਚ ਨੀਚ ਦਾ ਫਰਕ ਮਿਟਾਤਾ ਸਾਡੀਆਂ ਤਾਂ ਜਿਹੜੀ ਪ੍ਰਭੂਤਾ ਸੀ ਜਿਹੜੀ ਸਾਡਾ ਉੱਚਾਪਨ ਤੇ ਜਿਹੜੀ ਇੱਕ ਸਪੈਸ਼ਲ ਪੂਜਾ ਮਾਨਤਾ ਹੁੰਦੀ ਤੇ ਉਹ ਤਾਂ ਉਹਨੇ ਮਿੱਟੀ ਚ ਮਿਲਾਤੀ ਵੈਦਿਕ ਧਰਮ ਤਾਂ ਤਿਆਗਤਾ ਉਹ ਦੁਸ਼ਮਣ ਬਣ ਕੇ ਪਹਾੜੀ ਰਾਜिए ਉਹ ਕਹਿੰਦੇ ਸੀ ਸਾਡੀ ਈ ਨਹੀਂ ਮੰਨਦਾ ਮੁਗਲ ਹਕੂਮਤ ਉਹ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ ਇਹਨੂੰ ਦਬਾਇਆ ਜਾਵੇ ਉਥੋਂ ਸਾਰਾ ਕੁਝ ਅੰਦਰ ਮਸੰਦ ਸਭ ਤੋਂ ਵੱਡੀ ਜਿਹੜੀ ਇਹ ਕਹਿ ਲਓ ਵੀ ਘਰ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਹ ਮਸੰਦਾਂ ਦੀ ਤੇ ਆ ਨਕਲੀ ਗੱਦੀਆਂ ਦੀ ਮਸੰਦ ਇਥੋਂ ਤੱਕ ਹੰਕਾਰ ਗਿਆ ਉਹ ਤਾਂ ਕਹਿੰਦੇ ਤੇ ਵੀ ਜੇ ਗੁਰੂਏ ਸਾਡਾ ਬਣਾਇਆ ਹੋਇਆ ਤੁਸੀਂ ਆਪ ਸੋਚੋ ਉਸ ਵੇਲੇ ਜਦੋਂ মিডিਆ ਕੋਈ ਨਹੀਂ ਸੀ ਥੌਂ ਥੌਂ ਤੇ ਮਸੰਦਾਂ ਦੇ ਨਾਲ ਔਰ ਖਾਸ ਕਰ ਦਸਵੰਦ ਸੀ ਜੋ ਗੁਰਦੇ ਪਾਤਸ਼ਾਹ ਕੋਲੇ ਪਹੁੰਚਣਾ ਕਿਉਂਕਿ ਹਰੇਕ ਸਿੱਖ ਸਿੱਖਤਾ ਗੁਰੂ ਪਾਤਸ਼ਾਹ ਕੋਲੇ ਆ ਨਹੀਂ ਸਕਦਾ ਸੀ ਉਦੋਂ ਸੰਚਾਰ ਦੇ ਸਾਧਨ ਨਹੀਂ ਤੇ ਆਉਣ ਜਾਣ ਦਾ ਸਾਧਨ ਨਹੀਂ ਸੀ ਬੱਸਾਂ ਟਰੱਕ ਤਾਂ ਕੁਝ ਵੀ ਨਹੀਂ ਤੇ ਗੱਡੀਆਂ ਵੱਧ ਤੋਂ ਵੱਧ ਚੰਗੇ ਬੰਦੇ ਕੋਲੇ ਘੋੜਾ ਹੁੰਦਾ ਸੀ ਜਿਵੇਂ ਅੱਜ ਕੱਲ ਟੌਪ ਦੀ ਗੱਡੀ ਕਹਿ ਲਓ ਫੇਰ ਵੀ ਐਡਾ ਵੱਡਾ ਫੈਸਲਾ ਕਰਨਾ ਕਿ ਮਸੰਤ ਪ੍ਰਥਾ ਖਤਮ ਹੈ ਐ ਸਮਝ ਲਓ ਆਪਣੇ ਸਾਰੇ ਆਰਥਿਕ ਸਾਧਨਾਂ ਔਰ ਪ੍ਰਚਾਰਕ ਸਾਧਨਾਂ ਤੇ ਇੱਕ ਵਾਰੀ ਪੂਰੀ ਤਰ੍ਹਾਂ ਰੋਕ ਲੱਗ ਜਾਣੀ ਸੀ ਬਹੁਤ ਵੱਡਾ ਫੈਸਲਾ ਸੀ ਚੈਲੰਜ ਸੀ ਪਰ ਗੁਰਦੇਵ ਪਾਤਸ਼ਾਹ ਨੇ ਉਹ ਚੈਲੰਜ ਸਵੀਕਾਰ ਕੀਤਾ ਹੁਣ ਬਹੁਤ ਸਾਰੇ ਝਗੜੇ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚਦੀਆਂ ਸੀ ਗੁਰਦੇਵ ਕੋਲੇ ਇੱਕ ਵਾਰੀ ਮੈਂ ਛੋਟਾ ਜਿਹਾ ਜ਼ਿਕਰ ਕਰਾਂ ਮਸੰਦਾਂ ਦਾ ਇੱਕ ਵਾਰ ਤਾਂ ਕਿਸੇ ਸਿੱਖ ਨੇ ਬਹੁਤ ਸੋਹਣੀਆਂ ਅਮੀਰ ਸਿੱਖ ਸੀ ਮਾਤਾ ਲਈ ਚੂੜੀਆਂ ਭੇਜੀਆਂ ਸੀ ਤੇ ਮਸੰਦ ਨੂੰ ਦਿੱਤੀਆਂ ਉਹ ਲਾਲਚੀ ਹੋ ਗਿਆ ਤੇ ਚੂੜੀਆਂ ਸੀ ਜਿਹੜੀਆਂ ਉਹ ਆਪਣੇ ਕੋਲੇ ਲੁਕੋਲੀਆਂ ਗੁਰਦੇਵ ਪਾਤਸ਼ਾਹ ਜੀ ਨੂੰ ਨਹੀਂ ਦਿੱਤੀਆਂ ਤੇ ਉਹ ਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਕੋਲੇ ਜਦੋਂ ਪਹੁੰਚਿਆ ਤੇ ਗੱਲਬਾਤ ਦੱਸੀ ਤੇ ਹਜ਼ੂਰ ਨੇ ਉਹ ਮਸੰਦ ਨੂੰ ਬੁਲਾਇਆ ਸੀ ਉਹ ਸਾਫ ਇਹ ਮੁਕਰ ਗਿਆ ਵੀ ਮੈਨੂੰ ਤਾਂ ਕੋਈ ਦਿੱਤੇ ਨਹੀਂ ਜੀ ਝੂਠ ਬੋਲਦਾ ਸੋ ਆਪਣੇ ਤਰੀਕੇ ਨਾਲ ਗੁਰਦੇਵ ਪਾਤਸ਼ਾਹ ਨੇ ਪਤਾ ਵੀ ਕਰ ਲਿਆ ਵੀ ਚੂੜੀਆਂ ਉਹਦੇ ਕੋਲ ਨੇ ਇੱਕ ਵਾਰੀ ਭੰਡਾ ਨੇ ਨਕਲ ਕੀਤੀ ਕਿ ਮਸੰਦ ਕਿਵੇਂ ਸਿੱਖਾਂ ਨੂੰ ਤੰਗ ਕਰਦੇ ਨੇ ਜਿਹੜੇ ਮਰਾਸੀ ਨਕਲ ਚ ਹੁੰਦੇ ਨੇ ਤੇ ਗੁਰਦੇਵ ਨੇ ਬੜੇ ਪਿਆਰ ਨਾਲ ਉਹਨੂੰ ਪੁੱਛਿਆ ਸੀ ਕਿ ਬੱਚਿਓ ਇਹ ਵੈਸੇ ਹੀ ਹਾਸੇ ਖੇਡ ਮਜ਼ਾਕ ਦੀਆਂ ਗੱਲਾਂ ਕੀਤੀਆਂ ਨੇ ਜਾਂ ਇਹ ਅਸਲੀ ਤੋ ਦਿਖਾਈਏ ਤੁਸੀਂ ਨੇ ਸਾਨੂੰ ਤਾਂ ਜੇ ਕੋਈ ਸਾਡੇ ਚ ਆਈਆਂ ਔਣ ਤਾਈਆਂ ਨੂੰ ਦੱਸਦਾ ਹੈ ਨਾ ਆਪਾਂ ਤਾਂ ਮਰਨ ਮਾਰਨ ਤੇ ਹੋ ਜਾਈਏ ਨਾ ਤੂੰ ਸਾਡੇ ਬਾਰੇ ਐ ਕਿਉਂ ਕਿਹਾ ਪਰ ਗੁਰਦੇਵ ਪਾਤਸ਼ਾਹ ਨੇ ਇਹ ਪੁੱਛਿਆ ਇਹ ਸਚਾਈ ਹੈ ਕਿ ਮਜ਼ਾਕ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਹੱਥ ਜੋੜ ਕੇ ਮਹਾਰਾਜ ਹਾਇਤ ਅਸਲੀਅਤ ਜੇ ਜਾਣ ਦੀ ਮਾਫੀ ਹੋਵੇ ਮਹਾਰਾਜ ਕਹਿੰਦੇ ਇੱਥੇ ਤਾਂ ਜਾਨ ਕਿਸੇ ਦੀ ਲਈ ਨਹੀਂ ਜਾਂਦੀ ਭਾਈ ਸੋ ਇਹ ਸ਼ਿਕਾਇਤਾਂ ਔਰ ਨਿੱਤ ਦੇ ਕਾਰੋਬਾਰ ਨੂੰ ਗੁਰਦੇਵ ਦੇਖ ਰਹੇ ਤੇ ਉਹਨਾਂ ਨੇ ਪੱਕੇ ਤੌਰ ਤੇ ਬੰਦ ਕਰਤਾ ਵੀ ਮਸੰਦ ਨਾਮ ਦੀ ਕੋਈ ਸ਼ੈ ਹੁਣ ਸਿੱਖ ਧਰਮ ਚ ਰਹੀ ਹੈ ਇਵਨ ਕਿ ਨਫ਼ਰਤ ਦਾ ਪਾਤਰ ਬਣਾਤਾ ਮਸੰਦਾਂ ਨੂੰ ਗੁਰਦੇਵ ਪਾਚਮ ਬਹੁਤ ਵੱਡੇ ਮਨੋਵਿਗਿਆਨੀ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਫਿਰ ਹੌਲੀ-ਹੌਲੀ ਕਿ ਮਸੰਦਾਂ ਤੋਂ ਆਪਾਂ ਦੂਰੀ ਇੰਨੀ ਕੁ ਕਰ ਲੈਣੀ ਹੈ ਇੱਕ ਪਾਸੇ ਕਹਿੰਦੇ ਪਾਗਲ ਹਾਥੀ ਆਰਿਆ ਹੋਵੇ ਗਲੀ 'ਚ ਇੱਕ ਪਾਸੇ ਮਸੰਦ ਆਰਿਆ ਹੋਵੇ ਤਾਂ ਸਿੱਖਾਂ ਨੂੰ ਇਹ ਕਹਿਤਾ ਪਾਗਲ ਹਾਥੀ ਵਾਲੇ ਪਾਸੇ ਭਾਵੇਂ ਤੁਹਾਨੂੰ ਜਾਣਾ ਪੈ ਜੇ ਮਸੰਦ ਦੇ ਮੱਥੇ ਨਹੀਂ ਲੱਗਣਾ ਇਹ ਤਰੀਕਾ ਸੀ ਮਸੰਦ ਤੋਂ ਨਫ਼ਰਤ ਕਰਾਉਣ ਦਾ ਅੱਜ ਵੀ ਆਪਾਂ ਜੇ ਕਿਸੇ ਧਾਰਮਿਕ ਬੰਦੇ ਨੂੰ ਮਾੜਾ ਜਾਂ ਗਾਲ ਕੱਢਣੀ ਹੈ ਤਾਂ ਉਹਨੂੰ ਕਹਿੰਦੇ ਨੇ ਮਸੰਦ ਹੈ ਜਦੋਂ ਕਿ ਮਸੰਦ ਤਾਂ ਗੁਰੂਆਂ ਨੇ ਤਿਆਰ ਕੀਤੇ ਤੇ ਪਹਿਲੇ ਗੁਰੂ ਸਹਿਬਾਨਾਂ ਵੇਲੇ ਜਦੋਂ ਸ਼ੁਰੂਆਤ ਹੋਈ ਤਾਂ ਇਹਨਾਂ ਨੇ ਬਹੁਤ ਚੰਗੀ ਕੰਮ ਕੀਤੇ ਔਰ ਪ੍ਰਚਾਰ ਕੀਤਾ ਸਿੱਖੀ ਦਾ ਸੋ ਜਦੋਂ ਉਹ ਵਿਗੜ ਗਏ ਸੋ ਇਹ ਰੋਜ਼ ਦਾ ਚੱਕਰ ਪੈ ਰਿਆ ਸੀ ਉਸ ਤੋਂ ਬਾਅਦ ਜਿਹੜੀਆਂ ਲੜਾਈਆਂ ਨੇ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇਹਨੇ ਭੀਮਚੰਦ ਨੇ ਈਰਖਾ ਵਸ ਆ ਕੇ ਸ਼ੁਰੂ ਕਰਤੀਆਂ ਇਹ ਲੜਾਈਆਂ ਦੀ ਜਦੋਂ ਸ਼ੁਰੂਆਤ ਹੋ ਗਈ ਤਾਂ ਉਸ ਤੋਂ ਬਾਅਦ ਨਦੌਣ ਦਾ ਜੁੱਧ ਇਹ ਚੱਲੇ ਇਹਦੇ ਵਿੱਚ ਵੀ ਪਹਾੜੀ ਰਾਜੇ ਗੁਰਦੇਵ ਪਾਤਸ਼ਾਹ ਦੇ ਖਿਲਾਫ ਆਏ ਨੇ ਪਰ ਉਧਰੋਂ ਦਲਾਵਰ ਖਾਨ ਨੂੰ ਫਿਰ ਭੇਜ ਦਿੱਤਾ ਔਰੰਗਜ਼ੇਬ ਨੇ ਪਹਾੜੀਆਂ ਨੂੰ ਦਬਾਉਣ ਲਈ ਹੁਣ ਦਲਾਵਰ ਖਾਨ ਵਰਗੇ ਯੋਧਿਆਂਗੇ ਟਿਕਣਾ ਇਹਨਾਂ ਦਾ ਬਸ ਨਹੀਂ ਸੀ ਉਹ ਆਪ ਨਹੀਂ ਆਇਆ ਉਹਨੇ ਪਹਿਲਾਂ ਛੋਟੇ ਜਰਨੈਲ ਭੇਜਤੇ ਤੇ ਪਹਾੜੀਏ ਗੁਰੂ ਦੀ ਸ਼ਰਮ ਚ ਆ ਗਏ ਮਹਾਰਾਜ ਪਿਛਲੀਆਂ ਭੁੱਲਾਂ ਬਖਸ਼ ਦਿਓ ਥੋੜੇ ਬਚਾਈ ਬਚਦੇ ਹੁਣ ਉਹਦੇ ਨਾਲ ਅਸੀਂ ਟੱਕਰ ਨਹੀਂ ਲੈ ਸਕਦੇ ਤੇ ਗੁਰਦੇਵ ਜੀ ਚਾਹੁੰਦੇ ਸੀ ਕਿ ਪਹਾੜੀ ਰਾਜਿਆਂ ਨੂੰ ਇਕੱਠੇ ਕਰਕੇ ਇਹਨਾਂ ਦੇ ਅੰਦਰ ਜਜ਼ਬਾ ਪੈਦਾ ਕਰਿਆ ਜਾਵੇ ਕਿ ਆਪਾਂ ਇਹਨਾਂ ਤੋਂ ਮੁਗਲਾਂ ਤੋਂ ਆਜ਼ਾਦੀ ਪਾਈਏ ਇਹ ਇਹ ਭਰਨਾ ਚਾਹੁੰਦੇ ਸੀ ਉਹਨਾਂ ਦਾ ਮਕਸਦ ਇਹ ਸੀ ਵੀ ਇਹਨਾਂ ਦੇਸੀ ਰਾਜਸਤਾ ਨੂੰ ਨਾਲ ਲਿਆ ਜਾਵੇ ਪਰ ਉਹ ਕਿੱਥੇ ਸਾਮੇ ਦਿੱਤੇ ਤੇ ਗੁਰਦੇਵ ਪਾਤਸ਼ਾ ਬਿਨਾਂ ਝੁਕ ਮਦਦ ਤੇ ਪਹੁੰਚੇ ਫਤਿਹ ਹਾਸਲ ਕੀਤੀ ਮੈਂ ਇਹਨੂੰ ਸ਼ਾਰਟ ਚ ਕਰ ਰਿਹਾ ਵੀ ਲੜਾਈ ਹੋਈ ਫਤਿਹ ਹਾਸਲ ਕੀਤੀ। ਕਿਰਪਾਲ ਚਾਂਦੇ ਇਸ ਲੜਾਈ ਦਾ ਕਲੇ ਦਾ ਮੋੜ ਸੀ ਉਹ ਮੁਗਲਾਂ ਨਾਲ ਲੜਿਆ ਹੋਇਆ ਸੀ। ਬਾਕੀ ਪਹਾੜੀਏ ਗੁਰੂ ਪਾਤਸ਼ਾਹ ਦੀ ਸੇਵਾ ਚ ਆ ਗਏ। ਇਹ ਜਿੱਤ ਤੋਂ ਬਾਅਦ ਭੀਮਚੰਦ ਗੁਰੂ ਦੇ ਚਰਨਾਂ 'ਚ ਬੈ ਗਿਆ ਮਹਾਰਾਜ ਕਿਵੇਂ ਦੇਣਾ ਦੇਵਾਂਗੇ ਤੁਹਾਡਾ? ਤਾਂ ਅਸਤਾਨੀ ਪੁਸ਼ਟਾਂ ਤੱਕ ਭੁੱਲਦੇ। ਮਹਾਰਾਜ ਨੇ ਆਖਿਆ ਭਾਈ ਇਹੋ ਜੀ ਕੋਈ ਗੱਲ ਨਹੀਂ। ਇਹ ਤਾਂ ਆਪਣਾ ਫਰਜ਼ ਹੈ ਸਾਰਿਆਂ ਦਾ ਰਲ ਮਿਲ ਕੇ ਰਹੀਏ। ਪਰ ਉਹ ਭੀਮਚੰਦ ਕੱਚਾ ਨਿਕਲਿਆ। ਉਹਦੇ ਅੰਦਰ ਕਿਉਂਕਿ ਹੀਣ ਭਾਵਨਾ ਬੈ ਗਈ ਤੇ ਉਹ ਹੀ ਸੋਚਦਾ ਰਿਹਾ ਵੀ ਜੇ ਔਰੰਗਜ਼ੇਬ ਕਦੇ ਵੱਡੀ ਫੌਜ ਲੈ ਕੇ ਆ ਗਿਆ ਫੇਰ ਕੰਮੇ ਮਣੂ ਲੜਾਈ ਤਾਂ ਫੇਰ ਹੋ। ਐਨਾ ਡਰ ਗਿਆ ਉਹ ਉਹਨੇ ਅੰਦਰ ਖਾ ਕੇ ਗੁਰਦੇਵ ਉੱਥੇ ਹੀ ਨੇ। ਉਹਨਾਂ ਨੇ ਕਿਹਾ ਸੀ ਸਾਡੇ ਕੋਲੇ ਰੋ ਕਿਉਂਕਿ ਡਰ ਸੀ ਕਿਤੇ ਫੌਜ ਫੇਰ ਨਾ ਆ ਜੇ। ਗੁਰਦੇਵ ਦੇ ਹੁੰਦੇ ਹੋ ਨਿਰਭੈ ਤੇ ਅੰਦਰੋਂ ਅੰਦਰ ਡਰਦਾ ਰਿਹਾ ਤੇ ਕਿਰਪਾਲ ਚੰਦ ਨਾਲ ਗੁਰੂ ਜੀ ਨੇ ਸ਼ਰਤਾਂ ਰੱਖੀਆਂ ਸੀ ਕਿ ਉਹਦੇ ਨਾਲ ਸਮਝੌਤਾ ਨਹੀਂ ਕਰਨਾ ਮੇਰੇ ਤੋਂ ਬਿਨਾਂ। ਇਹਨੇ ਅੰਦਰ ਖਾਤੇ ਸਮਝੌਤਾ ਕਰ ਲਿਆ। ਤੇ ਗੁਰਦੇਵ ਪਾਤਸ਼ਾਹ ਨੇ ਨਾਰਾਜ਼ਗੀ ਜ਼ਾਹਰ ਕੀਤੀ ਵੀ ਭਾਈ ਆ ਤੂੰ ਚੰਗਾ ਨਹੀਂ ਕੀਤਾ। ਤੂੰ ਕੱਚਾ ਨਿਕਲਿਆ ਕਹਿ ਕੇ ਹਜ਼ੂਰ ਉੱਥੋਂ ਆ ਗਏ ਫਿਰ ਦਲਾਵਰ ਖਾਨ ਆ ਗਿਆ ਇਹਨਾਂ ਨੂੰ ਦਬਾਉਣ ਦੇ ਲਈ ਤੇ ਦਲਾਵਰ ਖਾਨ ਜਦੋਂ ਆਇਆ ਤਾਂ ਇਹ ਪਹਾੜੀਏ ਪਹਿਲੀ ਉਹਦੇ ਕੋਲੇ ਜਾ ਪਹੁੰਚੇ ਨਜ਼ਰਾਨੇ ਲੈ ਕੇ ਵੀ ਮਹਾਰਾਜ ਸਾਨੂੰ ਤਾਂ ਗੁਰੂ ਨੇ ਗਮਰਾਹ ਕਰਿਆ ਤੇ ਅਸੀਂ ਥੋੜੀ ਲੜਦੇ ਹਾਂ ਤੁਹਾਡੇ ਨਾਲ ਤੇ ਉਹਨੇ ਆਪਣਾ ਸੈਨਾਪਤੀ ਆਲਮ ਖਾਨ ਛੋਟਾ ਜਾਨੀ ਤੇ ਛੋਟਾ ਜਰਨਲ ਭੇਜਤਾ ਆਲਮ ਖਾਨ ਨੂੰ ਭੇਜਤਾ ਉਹਨਾਂ ਨੇ ਕਿ ਜਾਓ ਇਸ ਮਹਿਮਨੂਸਾਰ ਕਰਕੇ ਆਓ ਤੇ ਆਲਮ ਖਾਨ ਨੇ ਸੋਚਿਆ ਵੀ ਕੁਸਾਦਾਂ ਦਾ ਟੋਲਾ ਹੈ ਸਾਡਾ ਕੀ ਬਗਾੜ ਲੂ ਕਿਉਂਕਿ ਪਹਾੜੀਏ ਤਾਂ ਨਾਲ ਲੱਗੇ ਤੇ ਤੇ ਗੁਰੂ ਦੇ ਖਿਲਾਫੜ ਘਾਤਾ ਪਰ ਆਲਮ ਖਾਨ ਬੁਰੀ ਤਰ੍ਹਾਂ ਹਾਰ ਕੇ ਸਿੱਖਾਂ ਕੋਲ ਗਿਆ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਜਨੂੰ ਤਲਾਵਰ ਖਾਨ ਨੂੰ ਉਹਨੂੰ ਅਗਲਾਕ ਉੱਠੀ ਫਿਰ ਉਹਨੇ ਆਪਣਾ ਮੁੰਡਾ ਰਸਤਮ ਖਾਨ ਉਹਨੂੰ ਫੌਜ ਲੈ ਕੇ ਭੇਜਿਆ ਇਹ ਵਿਚ ਦੀ ਵਖਪਾ ਪੈਂਦਾ ਰਿਹਾ ਪਹਾੜੀਏ ਫੇਰ ਨਾਲ ਨੇ ਰਸਤਮ ਖਾਨ ਚੜ੍ਹਦੀ ਜਵਾਨੀ ਜੋਸ਼ ਦੇ ਵਿੱਚ ਮੁੱਛਾਂ ਨੂੰ ਤਾ ਦਿੰਦਾ ਹੋਇਆ ਰਸਤੇ 'ਚ ਆਉਂਦਾ। ਰਾਦੇ ਪਿੰਡ ਜਾੜਤੇ ਉਹਨੇ ਪਹਾੜੀਆਂ ਤੋਂ ਨਜ਼ਰਾਨੇ ਲੈ। ਤੇ ਰਸਤੇ ਦੇ ਵਿੱਚ ਆਉਂਦਾ ਹੋਇਆ ਉਹਨੂੰ ਕਿਉਂਕਿ ਆਪਦੇ ਨਾਲੋਂ ਵੱਧ ਹਥਿਆਰਾਂ ਤੇ ਮਾਨ ਦੀ ਕਿ ਮੇਰੇ ਵਾਲੇ ਬਰਛੀ ਤਲਵਾਰ ਇਹਦੇ ਸਾਹਮਣੇ ਕਿਹੜਾ ਟਿਕਜੂ। ਜਰਨੈਲ ਦਾ ਮੁੰਡਾ ਸ਼ਾਹੀ ਫੌਜਾਂ ਸ਼ਾਹੀ ਠਾਠ ਤੇ ਰਸਤੇ 'ਚ ਖੜਕੇ ਪਹਾੜੀਆਂ ਦੇ ਉੱਤੇ ਖੜਕੇ ਕਹਿੰਦਾ ਕਹਿੰਦਾ ਗੱਲਾਂ ਕਰਿਆ ਕਰਨਗੇ ਬਈ ਲੋਕ ਥੋੜੇ ਚਿਰ ਬਾਅਦ ਵੀ ਇੱਥੇ ਵੀ ਕਦੇ ਅਨੰਦਪੁਰ ਬਸਦਾ ਹੁੰਦਾ ਸੀ। ਮੈਂ ਤਾਂ ਥੇ ਬਣਾ ਕੇ ਮੁੜੂ ਚਲ ਐਨਾ ਹੰਕਾਰ ਗਿਆ ਸਤਲੁਜ ਦੇ ਨੇੜੇ ਪਹੁੰਚ ਗਿਆ ਉਦੋਂ ਭਾਵੇਂ ਸਤਲੁਜ ਦਰਿਆ ਵਗ ਨਹੀਂ ਰਿਹਾ ਸੀ ਕਿਉਂਕਿ ਬਰਸਾਤੀ ਮੌਸਮ ਨਹੀਂ ਸੀ ਉਹਦੇ ਚੋਂ ਇੱਕ ਨਾਲਾ ਸਾਈਡ ਤੇ ਵਗ ਰਿਹਾ ਸੀ ਪਾਣੀ ਘਟ ਕੇ ਤੇ ਇਸ ਨਾਲੇ ਨੂੰ ਹੀ ਗੁਰਦੇਵ ਨੇ ਹਮੈਤੀ ਨਾਲਾ ਲਿਖਿਆ ਤੇ ਖਬਰਾਂ ਪਹੁੰਚ ਗਈਆਂ ਮਸੰਦ ਤਾਂ ਪਹਿਲਾਂ ਹੀ ਡਰੇ ਹੋਏ ਤੇ ਉਹ ਵੀ ਆ ਕੇ ਮਹਾਰਾਜ ਤਾਂ ਹੁਣ ਤਾਂ ਨਾਏ ਛੇੜੀ ਜੀ ਨਿਕਲੀ ਕਿਸੇ ਤਰ੍ਹਾਂ ਬਚੀਏ ਗੁਰਦੇਵ ਪਾਤਸ਼ਾਹ ਨੇ ਕਿਹਾ ਕੋਈ ਨਹੀਂ ਭਾਈ ਮਹਾਰਾਜ ਪਾਲੀ ਕਰੋ ਆਲਮ ਸਿੰਘ ਨੂੰ ਗੁਰਦੇਵ ਪਾਤਸ਼ਾਹ ਨੇ ਬੁਲਾਇਆ ਰਾਤ ਨੂੰ ਜਦੋਂ ਖਬਰ ਪਹੁੰਚੀ ਕਿ ਇਹਨੇ ਨਾ ਸੱਤ ਲੋਜ ਦੇ ਕੰਡੇ ਡੇਰਾ ਲਾ ਲਿਆ ਵੀ ਸਵੇਰੇ ਆਮਲਾ ਕਰਾਂਗੇ ਕਿਉਂਕਿ ਰਾਤ ਨੂੰ ਅਟੈਕ ਨਾ ਕਰੀਏ ਨਾਲ ਲੰਘਣਾ ਔਖਾ ਫੌਜਾਂ ਨੂੰ ਤਾਂ ਗੁਰਦੇਵ ਨੇ ਹੁਕਮ ਕੀਤਾ ਸਿੱਖਾਂ ਨੂੰ ਕੇਸੇ ਵੇਲੇ ਤਿਆਰੀ ਕਰੋ ਰਾਤ ਨੂੰ ਏ ਕਿਉਂਕਿ ਨੀਤੀ ਸਮਝਾਤੀ ਉਹਨਾਂ ਦੇ ਸ਼ੌਣੀਆਂ ਦੇ ਨੇੜੇ ਜਾ ਕੇ ਲੰਮੇ ਦੂਰ ਤੱਕ ਖਿਲਰ ਜੋ ਨੇੜੇ ਜਾ ਕੇ ਤੋਪ ਚਲਾ ਦਿਓ ਮਸ਼ਾਲਾਂ ਵਾਲਦੇ ਉਤੇ ਇੱਕੋ ਵਾਰੀ ਜਕਾਰੇ ਲਾ ਦਿਓ ਬਸ ਫਿਰ ਹਾਲਤ ਦੇਖਿਓ ਇਹਨਾਂ ਨੇ ਉਹੀ ਕੀਤਾ ਸਿੱਖਾਂ ਨੇ ਲੰਬੇ ਦੂਰ ਤੱਕ ਖਿਲਰ ਗਏ ਵੀ ਜਿੱਥੋਂ ਐ ਲੱਗੇ ਵੀ ਬਹੁਤ ਲੰਬੀ ਦੂਰ ਤੱਕ ਫੌਜਾਂ ਨੇ ਬਿਲਕੁਲ ਉਹਨਾਂ ਦੇ ਸਿਰਾਂ ਤੇ ਜਾ ਕੇ ਮਸਾਲਾ ਬਾਲਤੀਆਂ ਨਾਰੇ ਜਕਾਰੇ ਤੇ ਰਣਜੀਤ ਨਗਾਰੇ ਦੀ ਕੜਕੁੱਟ ਜਦੋਂ ਸ਼ੁਰੂ ਹੋਈ ਬੋਲੇ ਸੋਨਿਹਾਲ ਦੇ ਜਕਾਰੇ ਗੂੰਜੇ ਰਸਤਮ ਖਾਨ ਤੇ ਉਹਨਾਂ ਫੌਜਾਂ ਦੇ ਅੱਬੜ ਬਾਹੇ ਉੱਠੀਆਂ ਉਹਨਾਂ ਨੇ ਰੋਲਾ ਪੈ ਗਿਆ ਸਿੱਖ ਆ ਗਏ ਸਿੱਖ ਆ ਪਏ ਇਹ ਬਿਨਾ ਇੱਕ ਵੀ ਤੀਰ ਚਲਾਏ ਬਿਨਾ ਗੋਲੀ ਚਲਾਏ ਸਾਰਾ ਕੁਝ ਛੱਡ ਕੇ ਭੱਜ ਗਿਆ ਬਹੁਤ ਵੱਡੀ ਹਾਰ ᱛੀ ਇਹ ਸੋ ਗੁਰਦੇਵ ਪਾਤਸ਼ਾਹ ਜੀ ਇਹ ਰੋਜ ਦੀਆਂ ਲੜਾਈਆਂ ਸੀ ਜਿਹੜੀਆਂ ਇਹ ਸਹਰੇ ਤੇ ਤੇ ਪਹਾੜੀਏ ਫੇਰ ਹਾਰ ਕੇ ਗਏ ਇਹ ਖਬਰ ਔਰੰਗਜ਼ੇਬ ਨੂੰ ਵੀ ਪਹੁੰਚਦੀਆਂ ਰਹੀਆਂ ਤਾਂ ਇਹਨਾਂ ਹੀ ਸਮਿਆਂ ਦੇ ਦੌਰਾਨ ਫਿਰ ਗੁਰਦੇਵ ਪਾਤਸ਼ਾਹ ਜੀ ਨੇ ਜਿਹੜਾ ਵੱਡਾ ਇਕੱਠ ਸੱਦਿਆ ਸੀ ਕਿਉਂਕਿ ਦੱਖਣ ਦੀ ਮੁਹਿੰਮ ਦੱਖਣ ਦੇ ਵਿੱਚ ਵੱਡੇ ਬਗਾਵਤ ਸੀ ਜਿਹਨੂੰ ਔਰੰਗਜ਼ੇਬ ਦੱਬਣ ਲਈ ਤੁਰਿਆ ਹੋਇਆ ਸੀ ਉਹਦਾ ਧਿਆਨ ਇੱਧਰ ਘਟਿਆ ਹੋਇਆ ਸੀ ਬਹੁਤ ਭਿਆਨਕ ਉਧਰ ਮੁਹੰਮਦ ਬਗਾਵਤ ਚੱਲੀ ਹੋਈ ਸੀ ਤੇ ਗੁਰਦੇਵ ਨੇ ਫਿਰ ਵਿਸਾਖੀ ਮਨਾਉਣ ਦਾ ਜਿਹੜਾ ਸਾਡੀ ਵਿਸਾਖੀ ਜਿਹੜੀ ਇਹ ਕਿਉਂ ਮਨਾਈ ਜਾਂਦੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਜਨਮ ਦਿਨ ਸੀ। ਹੋਰ ਸਾਡੇ ਨਾਲ ਕੋਈ ਬਾਵਾਸਤਾ ਨਹੀਂ। ਇਹ ਬਹੁਤ ਵੱਡੇ ਪੱਧਰ ਤੇ ਦੂਸਰੇ ਪਾਤਸ਼ਾਹ ਦੇ ਵੇਲੇ ਤੋਂ ਸ਼ੁਰੂ ਹੋ ਚੁੱਕੀ ਸੀ। ਪਹਿਲਾਂ ਵੀ ਸੰਗਤਾਂ ਮਨਾਉਂਦੀਆਂ ਸੀ। ਇਹ ਭਾਵੇਂ ਇਹ ਕਹਿ ਲੋ ਕਿ ਪਹਿਲਾਂ ਵੀ ਇਹ ਮਨਾਈ ਜਾਂਦੀ ਸੀ ਪਰ ਗੁਰਦੇਵ ਪਾਤਸ਼ਾਹ ਜੀ ਦਾ ਜਨਮ ਆਗਮਨ ਉਸ ਦੇ ਵੇਲੇ ਹੋਣ ਕਰਕੇ ਸਿੱਖ ਕੌਮ ਦੇ ਵਿੱਚ ਵੱਡੇ ਉਤਸ਼ਾਹ ਨਾਲ ਮਨਾਈ ਜਾਣ ਲੱਗੀ ਤੇ ਇੱਕ ਸਾਡਾ ਵੱਡਾ ਪੁਰਬ ਬਣ ਗਿਆ। ਦਸ਼ਮੇਸ਼ ਜੀ ਨੇ ਉਹੀ ਗੁਰੂ ਨਾਨਕ ਪਾਤਸ਼ਾਹੀ ਦੇ ਪੁਰਬ ਤੇ ਸਪੈਸ਼ਲ ਸੁਨਹਿੇ ਭੇਤੇ ਕੇ ਸੰਗਤਾਂ ਹਮ ਹਮਾ ਕੇ ਪਹੁੰਚਣਾ ਇਸ ਕੀ ਵੱਡਾ ਐਲਾਨ ਕਰਾਂਗੇ 1699 ਦੀ ਵਿਸਾਖੀ ਤੇ ਇਤਿਹਾਸਕਾਰ ਵੱਖੋ ਵੱਖਰ ਰਾਮਾ ਲਖਦੇ ਨੇ ਔਰ ਇਹ ਵੀ ਲਿਖਿਆ ਜਾਂਦਾ ਹੈ ਕਿ 10 80000 ਦਾ ਇਕੱਠ ਸੀ ਉਦੋਂ ਉਹਨਾਂ ਟਾਈਮਾਂ ਚ ਬਿਨਾ ਆਵਾਜ਼ਾਈ ਦੇ ਸਾਧਨ ਬਿਨਾ ਸੰਚਾਰ ਸਾਧਨ ਬਿਨਾ ਕੋਈ ਖਾਸ ਉਤੇਜ ਕੀਤੇ ਐਡਾ ਵੱਡਾ ਇਕੱਠ ਹੋਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਕਰੀਬਨ 80000 ਦਾ ਇਕੱਠ ਹੋਇਆ ਔਰ ਸਪੈਸ਼ਲ ਐਲਾਨ ਹੈ ਉਹ ਸੁਣਨ ਦੇ ਲਈ ਉਤਸੁਕ ਨੇ ਸੋ ਗੁਰਦੇਵ ਪਾਤਸ਼ਾਹ ਨੇ ਜਦੋਂ ਦੀਵਾਨ ਲਾਇਆ ਹੁਣ ਇੱਕ ਇਹ ਵੀ ਗੱਲ ਧਿਆਨ ਚ ਰੱਖਣ ਉਹ ਤੋਂ ਸਪੀਕਰ ਤਾਂ ਹੁੰਦੇ ਨਹੀਂ ਸੀ ਆਵਾਜ਼ ਕਿਵੇਂ ਪਹੁੰਚਦੀ ਸੀ ਸੋ ਸਿਆਣੇ ਬੰਦੇ ਇਹ ਵੀ ਕਹਿੰਦੇ ਨੇ ਦੇਖੋ ਕੜਕਮੀ ਆਵਾਜ਼ ਤਾਂ ਹੈ ਹੀ ਸੀ ਗੁਰਦੇਵ ਪਾਤਸ਼ਾਹ ਜੀ ਦੀ ਪਰ ਇਹ ਵੀ ਨਾਲ ਮੰਨਿਆ ਜਾਂਦਾ ਹੈ ਕਿ ਜਿੱਥੇ ਤੱਕ ਗੁਰਦੇਵ ਦੀ ਆਵਾਜ਼ ਜਾਂਦੀ ਸੀ ਜਾਂ ਜਿਹੜੇ ਵੀ ਉਹਦੋਂ ਬੁਲਾ ਰਹੇ ਹੁੰਦੇ ਸੀ ਉੱਥੇ ਤੱਕ ਗੁਰਦੇਵ ਦੀ ਬਾਜ ਉਦੋਂ ਅੱਗੇ ਦੂਸਰੇ ਸਿੰਘ ਖੜੇ ਹੁੰਦੇ ਸੀ ਜਾਂ ਜਿਹੜੇ ਵੀ ਆਪਣਾ ਲੋਕ ਹੁੰਦੇ ਸੀ ਜਿਹੜੇ ਦੂਜਿਆਂ ਦੀ ਮੈਂ ਗੱਲ ਕਰ ਰਿਹਾ ਆਪਾਂ ਆਪਣੀ ਕਰ ਰਹੇ ਹਾਂ ਸਿੰਘ ਖੜੇ ਹੁੰਦੇ ਸੀ ਤੇ ਅੱਗੇ ਉਹ ਬਾਜ ਮਾਰਦੇ ਸੀ ਕਿ ਆਹਾ ਆਲਾਨ ਹੈ ਜਾਂ ਆਹਾ ਗੁਰੂ ਜੀ ਕਹਿ ਰਹੇ ਨੇ ਉਹਨੂੰ ਅੱਗੇ ਦੀ ਅਗਲੀ ਸੰਗਤ ਨੂੰ ਸੁਣਾਉਣ ਲਈ ਅੱਜ ਕੱਲ ਤਾਂ ਟੀਵੀ ਲੱਗ ਜਾਂਦੇ ਨੇ ਥਾਂ ਥਾਂ ਤੇ ਸੋ ਗੁਰਦੇਵ ਪਾਤਸ਼ਾਹ ਅੱਜ ਜਦੋਂ ਆਏ ਨੇ ਕਿ ਉਹਨਾਂ ਨੇ ਆਉਂਦਿਆਂ ਨੇ ਹੀ ਕਹਿੰਦੇ ਸਿਰਤੀ ਮੰਗ ਕੀਤੀ ਸੀ ਇਹ ਅਨੋਖੀ ਮੰਗ ਤੇ ਉਹਨਾਂ ਇਤਿਹਾਸਕਾਰਾਂ ਨੇ ਇਹਨੂੰ ਬਹੁਤ ਢੰਗ ਨਾਲ ਅੱਡ-ਅੱਡ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ ਕਿ ਗੁਰਦੇਵ ਪਾਤਸ਼ਾਹ ਜੀ ਨੇ ਸਿਰ ਮੰਗੇ ਭਾਜੜਾਂ ਪੈ ਗਈਆਂ ਰੌਲਾ ਪੈ ਗਿਆ ਕਈ ਕਹਿੰਦੇ ਨੇ ਜੀ ਅੱਧੀ ਸੰਗਤ ਰਹਿ ਗਈ ਕੋਈ ਕਹਿੰਦਾ ਜੀ ਕੁਛਕ ਬੰਦੇ ਰਹਿ ਗਏ ਕੋਈ ਕਹਿੰਦਾ ਮਾਤਾ ਗੁਜਰੀ ਜੀ ਕੋਲੇ ਸਿੱਖ ਪਹੁੰਚ ਗਏ ਕੋਈ ਦੂਜੀਆਂ ਮਾਤਾਵਾਂ ਕੋਲੇ ਮਤਲਬ ਸ਼ਿਕਾਇਤਾਂ ਲੈ ਕੇ ਪਹੁੰਚੇ ਵੀ ਗੁਰੂ ਜੀ ਨੂੰ ਕੀ ਹੋ ਗਿਆ ਜੀ ਉਹ ਤਾਂ ਬੰਦੇ ਮਾਰਨ ਲੱਗੇ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਸੱਚਾਈ ਦੇ ਨੇੜੇ ਪਹੁੰਚ ਸਕੀਏ ਤਾਂ ਗੁਰਦੇਵ ਪਾਤਸ਼ਾਹ ਜੀ ਨੇ ਸੀਸ ਮੰਗੇ ਤੇ ਸਿੱਖ ਨੇ ਸੀਸ ਸਰਪਨ ਕਰਤਾ ਭਾਈ ਦਇਆ ਸਿੰਘ ਜੀ ਹੁਣ ਇੱਥੇ ਮੈਂ ਇੱਕ ਗੱਲ ਹੋਰ ਦੱਸ ਦੇ ਮੈਂ ਕੋਈ ਅਚਨਚੇਤ ਨਹੀਂ ਸੀ ਵੀ ਭਾਈ ਦਇਆ ਸਿੰਘ ਜੀ ਲਾਹੌਰੋਂ ਆਏ ਨੇ ਤੇ ਆ ਕੇ ਸਿਰ ਦਿੱਤਾ ਖਾਨਦਾਨੀ ਸਿੱਖੀ ਹੈ ਪੰਜੇ ਪਿਆਰਿਆਂ ਦੀ ਉਹ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਬਣੇ ਉਹ ਪਿਓ ਦਾਦੇ ਵੀ ਉਹਨਾਂ ਦੇ ਸਿੱਖੀ ਧਾਰਨ ਕਰ ਚੁੱਕੇ ਨੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਨੇ ਗੁਰਦੇਵ ਪਾਤਸ਼ਾਹ ਜੀ ਦੀ ਮਿਸ਼ਨ ਅਤੇ ਆਸ਼ੇ ਨੂੰ ਸਮਝ ਚੁੱਕੇ ਨੇ ਇਹ ਉਹੀ ਨਹੀਂ ਹੈਗੇ ਵੀ ਆ ਕੇ ਤੁਰ ਕੇ ਬੈਠ ਕੇ ਜੀ ਬਸ ਇਹ ਲਓ ਜੀ ਸਰ ਉਹ ਤਾਂ ਪਤਾ ਹੈ ਉਹਨਾਂ ਨੂੰ ਕਿ ਸਾਡਾ ਗੁਰਦੇਵ ਹੈ ਜਿਹੜਾ ਤੇ ਭਰੋਸਾ ਹੈ ਅਟੱਲ ਵਿਸ਼ਵਾਸ ਹੈ ਕਿ ਗੁਰਦੇਵ ਮੇਰਾ ਜਿਹੜਾ ਉਹ ਜੋ ਵੀ ਕਰੂ ਸਹੀ ਕਰੂਗਾ ਬਸ ਇੰਨਾ ਕੁ ਭਰੋਸਾ ਹੈ ਪਈ ਦਇਆ ਸਨ ਜੀ ਉਠੇ ਤੇ ਆਪਣਾ ਆਪਾ ਅਰਪਣ ਕਰ ਦਿੱਤਾ ਇਸੇ ਤਰ੍ਹਾਂ ਪੰਜ ਆਏ ਨੇ ਹੁਣ ਇਹ ਪੰਜਾਂ ਨੂੰ ਤੰਬੂਚ ਲੈ ਕੇ ਗਏ ਨੇ ਗੁਰਦੇਵ ਪਾਤਸ਼ਾ ਇੱਥੇ ਫੇਰ ਕੰਟਰੋਵਰਸੀ ਹੈ ਹੁਣ ਕੋਈ ਕਹਿੰਦਾ ਵੀ ਅੰਦਰ ਬੱਕਰੇ ਬੈਠੇ ਤੇ ਜਾਂ ਗੁਰੂ ਜੀ ਨੇ ਰੱਖੇ ਹੋਏ ਬੱਕਰਾ ਝਟਕਾਉਂਦੇ ਤੇ ਬਾਹਰ ਆ ਕੇ ਲਹੂ ਦੀ ਲੱਬੜੀ ਤਲਵਾਰ ਲੈ ਕੇ ਕਹਿੰਦੇ ਤੇ ਇੱਕ ਸਰ ਹੋਰ ਚਾਹੀਦਾ ਭਾਜੜਾਂ ਪੈ ਗਈਆਂ ਵੀ ਗੁਰਦੇਵ ਝਟਕਾਉਣ ਲੱਗੇ ਬੰਦਿਆਂ ਨੂੰ ਦੂਜੀ ਤਰ ਕਹਿੰਦੀ ਆ ਨਹੀਂ ਜੀ ਗੁਰਦੇਵ ਪਾਤਸ਼ਾ ਝੂਠ ਤਾਂ ਬੋਲੇ ਨਹੀਂ ਸਕਦੇ ਇਹ ਥੋੜੀ ਮਤਲਬ ਹੈ ਵੀ ਸਿਰ ਮੰਗੇ ਨੇ ਔਰ ਬੱਕਰੇ ਝਟਕਾਤੇ ਤਾਂ ਧੋਖਾ ਹੋ ਗਿਆ ਜੀ ਉਹ ਕਹਿੰਦੇ ਜੀ ਬੰਦੇ ਝਟਕਾਏ ਨੇ ਹੁਣ ਉਦੋਂ ਅਗਲਿਆਂ ਨੇ ਕੱਲਾ ਇੱਥੇ ਨਹੀਂ ਹਿਸਾਬ ਰੱਖਿਆ ਉਹ ਕਹਿੰਦੇ ਜੀ ਬੰਦੇ ਤਾਂ ਜਿਹੜੇ ਗਰਦਨਾ ਵੱਡੀਆਂ ਤਾਂ ਵੱਡੀਆਂ ਗਰਦਨਾ ਉਦੋਂ ਬਾਅਦ ਇੱਕ ਦੂਜੇ ਦੇ ਫਿੱਟ ਕਰਤੀਆਂ ਭਾਈ ਦਇਆ ਸਿੰਘ ਵਾਲੀ ਹਿੰਮਤ ਸਿੰਘ ਦੇ ਹਿੰਮਤ ਸਿੰਘ ਵਾਲੀ ਮੋਕਮ ਸਿੰਘ ਦੇ ਐਂ ਅੱਡ ਅੱਡ ਫਿੱਟ ਕਰਤੀਆਂ ਉਹ ਇੱਥੋਂ ਤੱਕ ਪਹੁੰਚ ਗਏ ਮਤਲਬ ਕਹਿਣ ਦਾ ਭਾਵ ਹੈ ਉਹ ਕਹਿੰਦੇ ਨੇ ਜੀ ਗੁਰੂ ਝੂਠ ਨਹੀਂ ਬੋਲਦਾ ਆਈ ਪੰਦਰਪਾਲ ਜੀ ਵੀ ਅਹੀ ਕਹਿੰਦੇ ਨੇ ਗੁਰੂ ਝੂਠ ਨਹੀਂ ਬੋਲਦਾ ਜੀ ਜੇ ਸਰ ਮੰਗੇ ਤਾਂ ਸਰ ਲੈ ਨੇ ਹੁਣ ਮੈਂ ਇੱਥੇ ਛੋਟੀ ਜਿਹੀ ਗੱਲ ਦੱਸਾਂ ਜਦੋਂ ਟੀਚਰ ਕੋਈ ਇਮਤਿਹਾਨ ਪਾਉਂਦਾ ਨਾ ਬੱਚਿਆਂ ਨੂੰ ਉਹ ਕਹਿੰਦਾ ਵੀ ਆਹ ਸਿਲੇਬਸ ਕੱਲ ਨੂੰ ਤਿਆਰ ਕਰਕੇ ਆਉਣਾ ਮੈਂ ਪੇਪਰ ਲਵਾਂ ਆਮ ਤੌਰ ਤੇ ਜਿਹੜਾ ਬੱਚਾ ਤਿਆਰੀ ਕਰਕੇ ਜਾਂਦਾ ਹੈ ਕਲਾਸ 'ਚ ਉਹੀ ਜਾਂਦਾ ਹੈ ਦੂਜਾ ਤਾਂ ਮਿਸ ਮਾਰਦਾ ਹੈ ਉਹ ਕੋਸ਼ਿਸ਼ ਕਰਦਾ ਵੀ ਅੱਜ ਨਾ ਹੀ ਜਾਈਏ ਪੇਪਰ ਹੈ ਤੇ ਜਦੋਂ ਬੱਚੇ ਸਕੂਲ 'ਚ ਪਹੁੰਚ ਗਏ ਜਾਂ ਕਾਲਜ 'ਚ ਪਹੁੰਚ ਗਏ ਉਹਨਾਂ ਨੇ ਕਿਹਾ ਵੀ ਕੱਢ ਲਓ ਬਈ ਕਾਪੀ ਪੈਨ ਜਿਹਦੀ ਜਿਹਦੀ ਤਿਆਰੀ ਹੈ ਜਿਹਦੀ ਨਹੀਂ ਤਿਆਰੀ ਪਿੱਛੇ ਵਹਿਜੋ ਤਾਂ ਜਿਹਦੀ ਤਿਆਰੀ ਨਹੀਂ ਹੁੰਦੀ ਪੰਜ ਚਾਰ ਹੱਥ ਖੜੇ ਕਰਕੇ ਪਿੱਛੇ ਵਹਿ ਜਾਂਦੇ ਨੇ ਜੀ ਅਸੀਂ ਤਿਆਰੀ ਨਹੀਂ ਕਰਕੇ ਹੁਣ ਅੱਗੇ ਟੀਚਰ ਦੀ ਮਰਜ਼ੀ ਹੈ ਹੋ ਸਕਦਾ ਉਹਨਾਂ ਨੂੰ ਵੀ ਕਹਦੇ ਵੀ ਠੀਕ ਹੈ ਤੁਸੀਂ ਤਿਆਰੀ ਹੈ ਤੁਸੀਂ ਪਾਸ ਹੋ ਤੁਸੀਂ ਤਿਆਰੀ ਕਰਨੀ ਹੈ ਬਈ ਇਹ ਤਾਂ ਟੀਚਰ ਦੀ ਮਰਜ਼ੀ ਹੈ ਨਾ ਸਟੂਡੈਂਟ ਥੋੜੀਆਂ ਕਰ ਸਕਦੇ ਨੇ ਲਓ ਜੀ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਤੁਸੀਂ ਤਾਂ ਕਹਿਆ ਸੀ ਲਵਾਗੇ ਪੇਪਰ ਮਰਜ਼ੀ ਟੀਚਰ ਦੀ ਹੈ ਉੱਥੇ ਸਟੂਡੈਂਟ ਦੇ ਵੀ ਗੁਰੂ ਦੀ ਮਰਜ਼ੀ ਹੈ ਉਹਨੇ ਕੀ ਕਰਨਾ ਹੈ ਪੇਪਰ ਗੁਰੂ ਨੇ ਲਿਆ ਸਿੱਖਾਂ ਨੇ ਨਹੀਂ ਹੁਣ ਗੱਲ ਕੀ ਸੀ ਗੱਲ ਇਹ ਹੈ ਗੁਰੂ ਨੇ ਸਰ ਮੰਗੇ ਹਨ ਤੇ ਸਰ ਦੇਤਾ ਪੜਦੇ ਚ ਲੈ ਗਏ ਨੇ ਗੁਰਦੇਵ ਪਾਚਾ ਸਾਰੇ ਇਤਿਹਾਸਕਾਰ ਇਹ ਗੱਲ ਤਾਂ ਮੰਨਦੇ ਨੇ ਕਿ ਪੜਦੇ ਚ ਲੈ ਗਏ ਨੇ ਤਾਂ ਸਾਨੂੰ ਕੀ ਨਹੀਂ ਅਧਿਕਾਰ ਦਿੱਤਾ ਪੜਦੇ ਦੀਆਂ ਝੀਠਾ ਚੱਕ ਚੱਕ ਕੇ ਅੰਦਰ ਚ ਆਕੀਏ ਦਿੱਤਾ ਅਧਿਕਾਰ ਮਾਂ ਬਾਪ ਮੈਂ ਕਹਿਣਾ ਚਾਹੁੰਦਾ ਮਾਂ ਬਾਪ ਕੋਈ ਜ਼ਰੂਰੀ ਗੱਲਬਾਤ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਨੇ ਤੇ ਬੱਚਿਆਂ ਨੂੰ ਕਹਿੰਦੇ ਨੇ ਬੇਟਾ ਅਸੀਂ ਜ਼ਰੂਰੀ ਗੱਲਬਾਤ ਕਰ ਰਹੇ ਹਾਂ ਅੰਦਰ ਤਾਂ ਤੁਸੀਂ ਬਾਹਰ ਖੇਡੋ ਜਾਂ ਜੋ ਵੀ ਕਰਨਾ ਹੈ ਕਰੋ ਸਾਨੂੰ ਡਿਸਟਰਬ ਨਾ ਕਰਿਓ ਤਾਂ ਜਿਹੜੇ ਚੰਗੇ ਤੇ ਸਿਆਣੇ ਬੱਚੇ ਹੁੰਦੇ ਨੇ ਕਦੇ ਪੜਦੇ ਚੱਕ-ਚੱਕ ਦੇਖਦੇ ਨੇ ਮਾਂ-ਬਾਪ ਅੰਦਰ ਕੀ ਕਰਦੇ ਨੇ ਕੀ ਗੱਲ ਕਰ ਰਹੇ ਨੇ ਸੁਣ ਕੇ ਦੇਖੀਏ ਕਿਹੜੀ ਡਿਸਕਸ਼ਨ ਕਰਦੇ ਨੇ ਕੀ ਪਤਾ ਕਿੰਨੀਆਂ ਮਜਬੂਰੀਆਂ ਜਾਂ ਪ੍ਰੋਬਲਮਸ ਨੇ ਜਿਹੜੀਆਂ ਜਿਹੜੇ ਉਹ ਬੱਚਿਆਂ ਨੂੰ ਨਹੀਂ ਇਨਵੋਲਵ ਕਰਨਾ ਚਾਹੁੰਦੇ ਵੀ ਨਿਆਣੀ ਮੱਤ ਐ ਇਹਨਾਂ ਨੂੰ ਆਪਾਂ ਡਿਸਟਰਬ ਕਾਤੋਂ ਕਰਨਾ ਇਹ ਕੀ ਕਰ ਸਕਦੇ ਨੇ ਇਹਨਾਂ ਦੀ ਹਸਣ ਖੇਡਣ ਦੀ ਉਮਰ ਹੈ ਕਰਨ ਦੋ ਬੱਚੇ ਤਾਂ ਨਹੀਂ ਝਾਕਦੇ ਜਿਹੜਾ ਝਾਕਦਾ ਉਹ ਇਮਾਨਦਾਰ ਬੱਚਾ ਨਹੀਂ ਗੁਰਦੇਵ ਪਾਤਸ਼ਾਹ ਨੇ ਪਰਦਾ ਲਾਇਆ ਤੇ ਸਾਡਾ ਕੋਈ ਹੱਕ ਨਹੀਂ ਬਣਦਾ ਪਰਦੇ ਨੂੰ ਚਾਪ ਚੱਕ ਕੇ ਦੇਖਣ ਦਾ ਸਾਨੂੰ ਇੰਨਾ ਪਤਾ ਹੈ ਗੁਰਦੇਵ ਨੇ ਸਿਰ ਮੰਗਿਆ ਤੇ ਸਿੱਖ ਨੇ ਸਿਰ ਦੇਤਾ ਪਿੱਠ ਨਹੀਂ ਦਿਖਾਈ ਪੰਜੋਂ ਤਿਆਰ ਕਰਕੇ ਪੰਜੋਂ ਹੀ ਜੇਰ ਕੀਨੇ ਪੰਜੇ ਤਿਆਰ ਕੀਤੇ ਨੇ ਗੁਰਦੇਵ ਬਾਦਸ਼ਾਹ ਨੇ ਤੇ ਉਹਨਾਂ ਯੋਧਿਆਂ ਨੂੰ ਹਜ਼ੂਰ ਸਾਹਿਬ ਹੁਣ ਗੱਲ ਇਹ ਸੀ ਕਿ ਗੁਰੂ ਝੂਠ ਨਹੀਂ ਬੋਲਦਾ ਭਾਈ ਬੰਦਰਪਾਲ ਜੀ ਇਹ ਵੀ ਕਹਿੰਦੇ ਨੇ ਨਾ ਮੈਂ ਗੁਰੂ ਤਾਂ ਝੂਠ ਨਹੀਂ ਜੀ ਬੋਲਦਾ ਮੈਂ ਉਹਨਾਂ ਦੀ ਨੀਅਤ ਤੇ ਸ਼ੱਕ ਨਹੀਂ ਕਰਦਾ ਹੋ ਸਕਦਾ ਸਮਝਣ ਦਾ ਸਮਝਾਉਣ ਦਾ ਵੀ ਫਰਕ ਹੁੰਦਾ ਕਈ ਵਾਰੀ ਬੰਦਿਆਂ ਦਾ ਹੁਣ ਜਦੋਂ ਆਪਾਂ ਪਰਖ ਤੇ ਅੱਗੇ ਜਾਂਦੇ ਆ ਗੁਰਦੇਵ ਪਾਤਸ਼ਾਹ ਜੀ ਨੇ ਡੱਲੇ ਦੀ ਪਰਖ ਕੀਤੀ ਹੈ ਉੱਥੇ ਕਿਹਾ ਆਪਾਂ ਅੱਗੇ ਕਰਾਂਗੇ ਪਰ ਇੱਥੇ ਇਹਦੇ ਨਾਲ ਸੰਬੰਧਿਤ ਕਿਉਂਕਿ ਜਦੋਂ ਗੱਲ ਹੋਵੇ ਐਗਜ਼ਾਮਪਲ ਉਹ ਦੇਣੀ ਪੈਂਦੀ ਹੈ ਜਦੋਂ ਕਿਹਾ ਮੈਂ ਬੰਦੂਕ ਪਰਖਣੀ ਹੈ ਤੇ ਡੱਲਾ ਕਹਿੰਦਾ ਜੀ ਪਰਖ ਲਓ ਬਾਹਰ ਕਿਸੇ ਜਾਨਵਰ ਤੇ ਮਹਾਰਾਜ ਕਹਿੰਦੇ ਡੱਲਿਆ ਜਦੋਂ ਮਰਦਾਂ ਦੀ ਮਰਦਾਨਗੀ ਪਰਖੀ ਜਾਵੇ ਤਾਂ ਜਾਨਵਰਾਂ ਨਹੀਂ ਫਿਰ ਬੰਦਿਆਂ ਦੀ ਉਹ ਲੋੜ ਹੁੰਦੀ ਆ ਹਿੱਕ 'ਚ ਗੋਲੀ ਮਾਰਨੀ ਆ ਦੇਖਣੀ ਆ ਇੱਕ ਬੰਦੇ ਦੀ ਛਾਤੀ ਪਾੜਦੀ ਆ ਇੱਕ ਦੂਆ ਦੀ ਪਾੜਦੀ ਆ ਕਿ ਕਿਵੇਂ ਹੁੰਦਾ ਹੈ ਤਾਂ ਦੋ ਸਿੱਖ ਆਏ ਨਹੀਂ ਆ ਕੇ ਉਹਨਾਂ ਨੇ ਛਾਤੀਆਂ ਤਾਣੀਆਂ ਨਹੀਂ ਤੇ ਗੁਰਦੇਵ ਨੇ ਨਿਸ਼ਾਨਾ ਬੰਨਿਆ ਨਹੀਂ ਵੀ ਬੰਦੇ ਦੀ ਛਾਤੀ 'ਚ ਮਾਰਨੀ ਆ ਗੋਲੀ ਤਾਂ ਕੀ ਮਾਰੀ ਤੇ ਗੁਰੂ ਜੀ ਨੇ ਫਿਰ ਝੂਠ ਬੋਲਿਆ ਸੀ ਮੈਂ ਪਹਿਲਾਂ ਦੱਸ ਚੁੱਕਿਆ ਮਰਜ਼ੀ ਗੁਰੂ ਦੀ ਹੈ ਗੁਰੂ ਨੇ ਕਿਹਾ ਗੋਲੀ ਹਿੱਕ 'ਚ ਮਾਰਨੀ ਹੈ ਤੇ ਹਿੱਕ ਤਾਣ ਕੇ ਅਗਲੇ ਸਾਹਮਣੇ ਖੜ ਗਏ ਜੀ ਪਾੜ ਦੋ ਛਾਤੀਆਂ ਪਾ ਦੋ ਠੰਡ ਅੱਗੇ ਮਰਜੀ ਗੁਰਦੇਵ ਦੀ ਗੋਲੀ ਹਵਾ 'ਚ ਚਲਾਈ ਸੀ ਸੋ ਇੱਥੋਂ ਪਤਾ ਲੱਗਦਾ ਹੈ ਗੱਲ ਇਹ ਨਹੀਂ ਹੈ ਕਿ ਗੁਰੂ ਨੇ ਕੀਤਾ ਕੀ ਗੁਰੂ ਨੇ ਜੋ ਇਮਤਿਹਾਨ ਹੋਇਆ ਸਿੱਖ ਪਾਸ ਹੋਏ ਨੇ ਗੱਲ ਇੱਥੇ ਹੈ ਉਹ ਦਸਾਂ ਪੀੜੀਆਂ ਦਾ ਜਿਹੜਾ ਕੰਮ ਕੀਤਾ ਸੀ ਨਾ ਉਹਦੇ ਵੱਲ ਵੇਖੋ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਤਿਆਰ ਕਰਕੇ ਤੇ ਖਿਤਾਬ ਬਖਸ਼ਿਸ਼ ਕੀਤਾ ਇਹਨਾਂ ਪੰਜਾਂ ਨੂੰ ਕਿਹੜਾ ਪਿਆਰਿਆਂ ਦਾ ਇਹ ਖਿਤਾਬ ਹੈ ਸਿਰ ਦੇ ਕੇ ਖਿਤਾਬ ਲਿਆ ਉਸ ਤੋਂ ਬਾਅਦ ਪੰਜ ਫੇਰ ਨਿਤਰੇ ਤੇ ਇਹ ਚੀਜ਼ ਕਿਉਂਕਿ ਘਟਨਾ ਬਹੁਤ ਵੱਡੀ ਸੀ ਪੰਜਾਂ ਪਿਆਰਿਆਂ ਵਾਲੀ ਇਸ ਲਈ ਬਾਕੀ ਜਿਹੜੀਆਂ ਘਟਨਾਵਾਂ ਨੂੰ ਪਿੱਛੇ ਰਹਿ ਗਈਆਂ ਉੱਥੇ ਤੱਕ ਅਸੀਂ ਪਹੁੰਚੇ ਨਹੀਂ ਪਰ ਚਾ ਕਿਉਂਕਿ ਸਾਡਾ ਬਹੁਤ ਸਾਰਾ ਸਾਹਿਤ ਬਹੁਤ ਸਾਰਾ ਇਤਿਹਾਸ ਸਾਡੇ ਤੱਕ ਨਹੀਂ ਪਹੁੰਚਿਆ ਕਿਉਂਕਿ ਜਦੋਂ ਸਾਡੀ ਕੌਮ ਜੰਮੀ ਐ ਉਦੋਂ ਹੀ ਤਾਂ ਮੁਹੰਮਦ ਸ਼ੜਗੀ ਲੜਾਈਆਂ ਸ਼ੁਰੂ ਹੋ ਗਈਆਂ ਉਦੋਂ ਬਾਅਦ ਜੰਗਲਾਂ ਨੂੰ ਤੁਰ ਗਏ ਉਦੋਂ ਬਾਅਦ ਇਹ ਪ੍ਰਚਾਰ ਦਾ ਦੌਰ ਵੀ ਚੱਲਿਆ ਤਾਂ ਵੀ ਬਹੁਤ ਲੇਟ ਔਰ ਸਾਡੇ ਦੁਸ਼ਮਣ ਵੱਧ ਸੀ ਪ੍ਰਚਾਰ ਨਾਲੇ ਕੱਟਦੇ ਇਹ ਪੰਜਾਂ ਤੋਂ ਬਾਅਦ ਜਿਹੜੇ ਦੂਜੇ ਪੰਜਾਂ ਦੀ ਟੀਮ ਤਿਆਰ ਹੋਈ ਇਹਨਾਂ ਨੂੰ ਵੀ ਖਿਤਾਬ ਬਖਸ਼ਿਸ਼ ਕੀਤਾ ਉਹ ਕਿਹੜਾ ਸੀ ਮੁਕਤਿਆਂ ਦਾ ਇਹ ਮੇਰੇ ਪੰਜ ਮੁਕਤੇ ਨੇ ਤੇ ਮੁਕਤਾ ਖਿਤਾਬ ਗੁਰਦੇਵ ਨੇ ਤਿੰਨ ਵਾਰੀ ਦਿੱਤਾ ਜ਼ਿੰਦਗੀ ਚ ਉਹ ਪੱਗਗੇ ਨਾਲ ਨਾਲ ਸਾਂਝ ਕਰਾਂਗੇ ਪਰ ਇੱਥੇ ਜ਼ਰੂਰੀ ਸੀ ਦੱਸਣਾ ਪਹਿਲੇ ਆ ਪਿਆਰਿਆਂ ਦਾ ਖਿਤਾਬ ਦੂਜਿਆਂ ਨੂੰ ਮੁਕਤਿਆਂ ਦਾ ਖਿਤਾਬ ਦੂਸਰੀ ਵਾਰੀ ਮੁਕਤਾ ਜਿਹੜਾ ਖਿਤਾਬ ਹੈ ਚਮਕੌਰ ਦੇ ਵਿੱਚ ਦਿੱਤਾ ਗੁਰਦੇਵ ਨੇ 40 ਨੂੰ ਜਿਹਨੂੰ 40 ਮੁਕਤੇ ਅਸੀਂ ਅਰਦਾਸ 'ਚ ਯਾਦ ਕਰਦੇ ਹਾਂ ਤੀਸਰੀ ਵਾਰ ਮੁਕਤਾ ਖਿਤਾਬ ਮੁਖਸਰ ਦੀ ਜੰਗ ਦੇ ਵਿੱਚ ਦਿੱਤਾ ਜਿੱਥੇ 400 500 ਸਿੰਘ ਸ਼ਹੀਦ ਹੋਏ ਨੇ ਇਹ ਤੀਸਰੀ ਵਾਰੀ ਖਿਤਾਬ ਉੱਥੇ ਮਿਲਿਆ ਸੀ ਸੋ ਇਹ ਵੱਡੀ ਘਟਨਾ ਸੀ ਤੇ ਇੱਥੇ ਜਿਹੜਾ ਗੁਰਦੇਵ ਪਾਤਸ਼ਾਹ ਜੀ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਸਾਰੇ ਪਹਿਲੀ ਵਾਰ ਤਾਂ ਭੈਣ ਭਰਾਈ ਤੇ ਹੁਣ ਇੱਕ ਪੱਕੀ ਲਕੀਰ ਖਿੱਚਤੀ ਹੁਣ ਹਰ ਬੰਦਾ ਆਪਣੇ ਨਾਮ ਨਾਲ ਸਿੰਘ ਲਾਊਗਾ ਤੇ ਹਰ ਬੀਬੀ ਆਪਣੇ ਨਾਮ ਨਾਲ ਹਰ ਬੱਚੀ ਕੌਮ ਦੀ ਕੌਰ ਲਾਊਗੀ ਹੁਣ ਸਿੰਘ ਲਫ਼ਜ਼ ਕੀ ਹੈ ਤੇ ਕੌਰ ਕੀ ਹੈ ਪਿੱਛੇ ਜੇ ਕਿਸੇ ਨੇ ਪੋਸਟ ਪਾਤੀ ਕੌਰ ਇੱਕ ਪੰਛੀ ਦਾ ਨਾਮ ਹੈ ਜਿਹੋ ਸ਼ੇਰ ਦੇ ਮੂੰਹ ਚੋਂ ਮਾਸ ਖਿੱਚ ਲਾਉਂਦਾ ਜੀ ਇਹ ਫੇਕ ਨਿਊਜ਼ ਐ ਇਹ ਚ ਕੋਈ ਅਸਲੀਅਤ ਨਹੀਂ ਇਹੋ ਜਿਹਾ ਕੋਈ ਪੰਛੀ ਨਹੀਂ ਪੰਛੀ ਹੋ ਸਕਦਾ ਕੌਰ ਨਹੀਂ ਫਿਰ ਉਹਦਾ ਨਾਮ ਕੌਰ ਮੀਨਿੰਗ ਰਾਜਕੁਮਾਰੀ ਐ ਕਿ ਮੇਰੀਆਂ ਬੱਚੀਆਂ ਰਾਜਕੁਮਾਰੀਆਂ ਨੇ ਬਾਦਸ਼ਾਹ ਦੀਆਂ ਤੀਆਂ ਰਾਜਕੁਮਾਰੀਆਂ ਹੀ ਹੁੰਦੀਆਂ ਨੇ ਤੇ ਸਿੰਘ ਕੀ ਐ ਸਿੰਘ ਨੂੰ ਅਸੀਂ ਸੀਮਤ ਸ਼ਬਦਾਂ ਚ ਸ਼ੇਰ ਲੈ ਲਿਆ ਮੈਂ ਪਹਿਲਾਂ ਵੀ 4-5 ਸਾਲ ਪਹਿਲਾਂ ਵੀ ਇਹ ਚੀਜ਼ ਦੱਸ ਚੁੱਕਿਆ ਪਰ ਮੀਡੀਆ ਉਹ ਤਾਂ ਇਹ ਕਹਿ ਲੋ ਕਿ ਮੇਰੇ ਵਰਗੇ ਬੰਦੇ ਨੂੰ ਕਿੰਨੇ ਸੁਣਦੇ ਨੇ ਜਿਹੜਾ ਇਹ ਗੱਲ ਪਹੁੰਚ ਸਕੇ ਜੇ ਕੋਈ ਵੱਡਾ ਪ੍ਰਚਾਰਕ ਜਾਂ ਇਤਿਹਾਸਕਾਰ ਇਹ ਗੱਲ ਕਰਦਾ ਤਾਂ ਵੱਧ ਲੋਕ ਹੁੰਦੇ ਨੇ ਜਿਹੜੇ ਉਸ ਗੱਲ ਨੂੰ ਸਮਝ ਲਾਂਦੇ ਸੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ 5 ਸਾਲ ਪਹਿਲਾਂ ਹੁਣ ਫੇਰ ਉਹ ਗੱਲ ਨੂੰ ਦੁਹਰਾ ਰਹੇ ਹਾਂ ਸਿੰਘ ਲਫ਼ਜ਼ ਸ਼ੇਰ ਦਾ ਹੀ ਨਹੀਂ ਹੈ ਸ਼ੇਰ ਦਾ ਮਤਲਬ ਸਿੰਘ ਦਾ ਮਤਲਬ ਹੈ ਬਾਦਸ਼ਾਹ ਜੰਗਲ ਦਾ ਬਾਦਸ਼ਾਹ ਜਿਹੜਾ ਸ਼ੇਰ ਹੈ ਨਾ ਬੇਸ਼ੱਕ ਇਹਦਾ ਅਖਰੀ मीनिंग ਸ਼ੇਰ ਹੈ ਪਰ ਸ਼ੇਰ ਕੱਲਾ ਤਾਕਤ ਦਾ ਪ੍ਰਤੀਕ ਨਹੀਂ ਬਾਦਸ਼ਾਹੀ ਦਾ ਪ੍ਰਤੀਕ ਹੈ ਜੰਗਲ ਦਾ ਰਾਜਾ ਹੈ ਤੇ ਸਾਨੂੰ ਗੁਰਦੇਵ ਪਾਤਸ਼ਾਹ ਨੇ ਸਾਡੇ ਨਾਮ ਨਾਲ ਲਕਬ ਸਿੰਘ ਹੈ ਜਿਹੜਾ ਬਾਦਸ਼ਾਹ ਇਹਨੂੰ ਕੱਲਾ ਸ਼ੇਰ ਨਾਲ ਨਹੀਂ ਲੈਣਾ ਸੀ ਤੇ ਕਈ ਜਿਹੜੇ ਨਾਂ ਸਮਝਣੇ ਅੱਜ ਕੱਲ ਇੱਕ ਨਵਾਂ ਟ੍ਰੈਂਡ ਉੱਠਿਆ ਜਿਹੜਾ ਉਹਨਾਂ ਨੂੰ ਮੁਹਾਵਰੇ ਸਮਝ ਨਹੀਂ ਆਉਂਦੇ ਉਹ ਮੁਹਾਵਰਿਆਂ ਦੀ ਖਲ ਲਾਉਣੀ ਸ਼ੁਰੂ ਕਰ ਦਉਂਦੇ ਨੇ ਜੇ ਕਿਸੇ ਨੂੰ ਜਿਵੇਂ ਇੱਕ ਪੁਰਾਣਾ ਮੁਹਾਵਰਾ ਵੀ ਆ ਤਾਂ ਬੰਦਾ ਝੋਟ ਹੈ ਜੀ ਝੋਟਾ ਕੋ ਛ ਡੰਗਰ ਕਿਉਂਕਿ ਉਹਨਾਂ ਨੂੰ ਆਪਣੀ ਅਕਲ ਨੇ ਹੁਣ ਸ਼ੇਰ ਨੂੰ ਵੀ ਜਾਨਵਰ ਕਹਿ ਦਿੰਦੇ ਨੇ ਝੋਟੇ ਦਾ ਵੀ ਕੀ ਮਨ ਮਤਲਬ ਹੈ ਜਦੋਂ ਕਿਸੇ ਪੁਰਾਣੇ ਆਪਾਂ ਅੱਜ ਵੀ ਪਿੰਡਾਂ 'ਚ ਕਹਿੰਦੇ ਨੇ ਵੀ ਹਾਂ ਝੋਟੇ ਦਾ ਮਤਲਬ ਹੈ ਅਥਾ ਤਾਕਤ ਦਾ ਪ੍ਰਤੀਕ ਤੇ ਜਾਨਵਰ ਦਾ ਪ੍ਰਤੀਕ ਨਹੀਂ ਅਥਾ ਤਾਕਤ ਦਾ ਮਤਲਬ ਹੈ ਕਿਉਂਕਿ ਝੋਟੇ ਨੂੰ ਖੁਦ ਨਹੀਂ ਪਤਾ ਉਹਦੇ 'ਚ ਕਿੰਨੀ ਕੁ ਜਾਨ ਹੈ ਸ਼ੇਰ ਕਈ-ਕਈ ਇਕੱਠੇ ਹੋ ਕੇ ਝੋਟੇ ਨੂੰ ਹੱਥ ਪਾਉਂਦੇ ਨੇ ਸਾਨ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹ ਤਾਕਤ ਦਾ ਪ੍ਰਤੀਕ ਹੈ ਪਰ ਅਸੀਂ ਨਾ ਐਗਜ਼ਾਮਪਲਾਂ ਨੂੰ ਮੂਰਖਪਣਾ ਦਿਖਾ ਕੇ ਮਜ਼ਾਕ ਦੇ ਪਾਸੇ ਤੁਰ ਪਾਨੇ ਆ ਹੁਣ ਗੁਰਦੇਵ ਨੇ ਸਾਨੂੰ ਬਦਲਿਆ ਕਿਵੇਂ ਇਹ ਮੈਂ ਥੋੜਾ ਜਿਹਾ ਇੱਥੇ ਜ਼ਿਕਰ ਕਰਨਾ ਚਾਹਉਣਾ ਜਦੋਂ ਚਾਰੇ ਪਾਸੇ ਹਜੂਰ ਵਰਦਨ ਲੱਗੇ ਨੇ ਸਾਨੂੰ ਲਾਕਾਬ ਦਿੱਤਾ ਸਿੰਘ ਦਾ ਬੱਚੀਆਂ ਨੂੰ ਕੌਮ ਦੇ ਸਰਮਾਏ ਨੂੰ ਦਿੱਤਾ ਕੌਰ ਦਾ ਹੁਣ ਅੱਜ ਇਹਦੇ ਨਾਲੋਂ ਵੀ ਤੋੜ ਕੇ ਸਾਨੂੰ ਅੱਜ ਬਹੁਤ ਸਾਡੀ ਨਵੀਂ ਜਨਰੇਸ਼ਨ ਹੈ ਜਿਹੜੀ ਇਹ ਇਸ ਚੀਜ਼ ਨੂੰ ਸਮਝ ਨਹੀਂ ਸਕੇ ਆਪਣੇ ਨਾਮ ਨਾਲ ਸਿੰਘ ਕੱਟ ਰਹੇ ਨੇ ਕੁੜੀਆਂ ਵੀ ਮੁੰਡੇ ਵੀ ਉਹ ਸਿੱਧਾ ਆਪਣੀ ਜਾਤ-ਗੋਤ ਜੋ ਵੀ ਹੈ ਉਹ ਲਾਉਂਦੇ ਨੇ ਸਿੰਘ ਵਿੱਚੋਂ ਮਨਫੀ ਕਰਤਾ ਅਹੀਂ ਕੁੜੀਆਂ ਵੀ ਕੌਰ ਛੱਡ ਕੇ ਹੋਰ ਪਾਸੇ ਤੋਰਤਾ ਇਹਦੇ ਵਿੱਚ ਢੰਗ ਇਹ ਹੈ ਕਲਾਕਾਰਾਂ ਦਾ ਵੀ ਵੱਡਾ ਰੋਲ ਹੈ ਕਿਉਂਕਿ ਸ਼ੁਰੂਆਤ ਉਹਨਾਂ ਨੇ ਕੀਤੀ ਉਹ ਸਿੱਧਾ ਆਪਣਾ ਗੋਤ-ਜਾਤ ਲਾਉਣ ਲੱਗੇ ਨਾਲ ਉਹਨਾਂ ਨੇ ਸਿੰਘ ਕਟਿਆ ਤਾਂ ਉਹਨਾਂ ਨੇ ਦੇਖੋ ਦੇਖੀ ਇਹ ਰੁਝਾਨ ਸਾਡੇ ਵਾਲੇ ਪਾਸੇ ਵੀ ਆ ਗਿਆ ਸੋ ਸਮਝਣ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਸਾਡੇ ਨਾਮ ਨਾਲ ਲਕਬ ਸਿੰਘ ਆਇਆ ਦੂਸਰਾ ਜਿਹੜੀਆਂ ਸਾਡੀਆਂ ਫੌਜਾਂ ਤਿਆਰ ਵਰਤਿਆਰ ਨੇ ਜਿਹਨੂੰ ਲੜਾਕੂ ਫੌਜਾਂ ਜਿਨ੍ਹਾਂ ਦਾ ਬਾਣਾ ਸੀ ਜਿਨ੍ਹਾਂ ਨੂੰ ਨਿਹੰਗ ਸਿੰਘ ਕਿਹਾ ਜਾਂਦੇ ਹੁਣ ਨਿਹੰਗ ਦਾ ਕੀ ਮਤਲਬ ਹੈ ਇਹ ਵੀ ਐਵੇਂ ਨਹੀਂ ਨਿਹੰਗ ਦਾ ਮਤਲਬ ਹੈ ਕੜਿਆਲ ਜਾਨੀ ਕਿ ਮગરਮਛ ਜੋ ਭਿਆਨਕ ਰੂਪ ਹੈ ਪਾਣੀ ਦਾ ਜੰਗਲ ਦਾ ਬਾਦਸ਼ਾਹ ਸ਼ੇਰ ਤੇ ਪਾਣੀ ਦਾ ਬਾਦਸ਼ਾਹ ਮગરਮਛ ਤੇ ਇਸ ਕਰਕੇ ਜਿਹੜਾ ਸਾਡਾ ਲਖਬ ਨਿਹੰਗ ਸਿੰਘ ਹੈ ਇਹ ਹੈ ਕੜਿਆਲ ਜਾਨੀ ਕਿ ਮਗਰਮੱਛ ਤਾਕਤ ਦਾ ਪ੍ਰਤੀਕ ਹੈ ਉਹ ਵੀ ਇਹ ਦੂਜਾ ਲਖਬ ਦਿੱਤਾ ਗੁਰਦੇਵ ਪਾਤਸ਼ਾਹ ਨੇ ਤੇ ਤੀਸਰਾ ਜਿਹੜਾ ਸਾਨੂੰ ਅਸੀਂ ਆਮ ਗੱਲਾਂ ਕਰਦੇ ਆਂ ਬੱਚੇ ਨੂੰ ਆਪਣੇ ਬੇਟਿਆਂ ਨੂੰ ਜਾਂ ਧੀਆਂ ਬੱਚੀਆਂ ਨੂੰ ਅਸੀਂ ਕੀ ਕਹਿੰਦੇ ਆਂ ਪੋਚੰਗੀ ਅੱਜ ਤਾਂ ਸਾਨੂੰ ਸ਼ਰਮ ਆਉਣ ਲੱਗੀ ਨੇ ਇਹਨਾਂ ਗੱਲਾਂ ਤੋਂ ਕਹਿਣ ਤੋਂ ਪਿੰਡਾਂ ਵਿੱਚ ਤੁਸੀਂ ਅੱਜ ਵੀ ਬੁੜੀਆਂ ਜਿਉਂਦੀਆਂ ਨੇ ਸੱਪ ਦਾ ਨਉ ਨਹੀਂ ਲੈਂਦੀਆਂ ਉਸੀਂ ਕਦੇ ਗੱਲ ਕਰੋਂਗੇ ਨਾ ਤਖਣਗੇ ਬਾਬਾ ਕਹਿੰਦਿਆਂ ਨੇ ਬਾਬਾ ਪੂਜਾ ਵੀ ਕਰਦੇ ਆ ਆ ਗੋਗੇ ਕਪੋੜੇ ਹੁਰੀ ਨੇ ਜਿਹੜੇ ਇਹ ਸੱਪ ਦੇ ਹੀ ਨੇ ਅਸੀਂ ਤਾਂ ਦੁੱਧ ਚਾੜਦੇ ਆ ਘਰੇ ਸੱਪਾਂ ਜੀ ਲਖਸ਼ੀ ਛਿੜਕ ਚੋ ਜਿਦੋਂ ਕਿ ਸੱਪ ਮੈਨੂੰ ਨਹੀਂ ਲੱਗਦਾ ਵੀ ਦੁੱਧ ਪੀਂਦਾ ਹੋਊਗਾ ਠੀਕ ਆ ਨਾ ਕਿਉਂਕਿ ਉਹ ਤਾਂ ਮਾਸਾਹਾਰੀ ਐ ਛੋਟੇ-ਮੋਟੇ ਜਾਨਵਰ ਖਾਂਦਾ ਜਿੰਨੇ ਕੋ ਦੀ ਸਿਹਤ ਹੈ ਉਹਨੇ ਦੁੱਧ ਤੋਂ ਕੀ ਲੈਣਾ ਪੀ ਵੀ ਲੈਂਦੇ ਨੇ ਇੱਕੋ ਕੁਛ ਪ੍ਰਜਾਤੀਆਂ ਨੇ ਜਿਹੜੀਆਂ ਦੁੱਧ ਪਿੰਦੀਆਂ ਵੀ ਨੇ ਪਰ ਸਾਰੇ ਸੱਪ ਨਹੀਂ ਪਿੰਦੇ ਸੋ ਸੱਪ ਦਾ ਨੌ ਨਹੀਂ ਲੈਂਦੇ ਉਹ ਉਹ ਬਾਬਾ ਕਹਿੰਦੇ ਨੇ ਪੁਰਾਣੇ ਮੇਰੇ ਵੀ ਹੁੰਦੇ ਰਹੇ ਨੇ ਪੈਰਾਂ 'ਚ ਕਿਉਂਕਿ ਨੰਗੇ ਪੈਰੀ ਖੇਡੀਆਂ ਜਾਂਦੇ ਤੇ ਛੋਟੇ ਹੁੰਦੇ ਤਾਂ ਪੈਰਾਂ ਤੇ ਨਾ ਕਈ ਵਾਰੀ ਛਾਲਾ ਜਾਂ ਹੋ ਜਾਂਦਾ ਸੀ ਉਹ ਆਮ ਤੌਰ ਤੇ ਹੀ ਮੰਨਿਆ ਜਾਂਦਾ ਸੀ ਵੀ ਸੱਪ ਨੇ ਕਿਤੇ ਮੂੰਹ ਲਾਤਾ ਤਾਂ ਉਹਨੂੰ ਇਹ ਨਹੀਂ ਕਹਿੰਦੇ ਤੇ ਵੀ ਸੱਪ ਨੇ ਮੂੰਹ ਲਾਤਾ ਜਾਂ ਸੱਪ ਲੜ ਗਿਆ ਉਹਨੂੰ ਕਹਿੰਦੇ ਤੇ ਬਾਬੇ ਦੀ ਮਿਹਰ ਹੋਗੀ ਤੇ ਮੈਂ ਹੀ ਕਹਿੰਦਾ ਵੀ ਜੇ ਬਾਬੇ ਦੀ ਥੋੜੀ ਜੀ ਮਿਹਰ ਹੋਰ ਹੋ ਜਾਂਦੀ ਪਣਾ ਤਾਂ ਸੋਲਾ ਪੜਿਆ ਗਿਆ ਤੇ ਡਰ ਇੰਨਾ ਸੀ ਵੀ ਨੌਂ ਨਹੀਂ ਲੈਂਦਾ ਤੇ ਗੁਰਦੇਵ ਨੇ ਕੀ ਕਿਹਾ ਬੱਚੇ ਨੇ ਜਿਹੜੇ ਤੁਹਾਡੇ ਪੁਚੰਗੀ ਨੇ ਤੇ ਪੁਚੰਗੀ ਕੋਬਰੇ नाग ਨੂੰ ਕਿਹਾ ਜਾਂਦਾ ਪੁਚੰਗ ਸੱਪ ਦਾ ਸਭ ਤੋਂ ਜਿਹੜਾ ਸਿਰੇ ਵਾਲਾ ਕੰਮ ਹੈ ਸਭ ਤੋਂ ਜ਼ਹਿਰੀਲੀ ਜਿਹੜੀ ਪ੍ਰਜਾਤੀ ਹੈ ਉਹ ਕੋਬਰਾ ਹੈ ਤੇ ਗੁਰਦੇਵ ਪਾਤਸ਼ਾਹ ਨੇ ਉਹ ਸਾਨੂੰ ਪੁਚੰਗ ਦਾ ਖਿਤਾਬ ਦਿੱਤਾ ਬੱਚਿਆਂ ਨੂੰ ਕਿ ਇਹ ਸਾਡੇ ਪੁਚੰਗੀ ਨੇ ਤੁਹਾਡੀਆਂ ਗੋਦੀਆਂ 'ਚ नाग ਬੈਠਣਗੇ ਇਹ ਉਹ ਦਲੇਰ ਯੋਧੇ ਹੋਣਗੇ ਜਿਹੜੇ ਆਉਣ ਵਾਲੇ ਸਮੇਂ 'ਚ ਟਕਰਾਉਣਗੇ ਵੱਡੇ-ਵੱਡੇ ਬਾਦਸ਼ਾਹਾਂ ਨਾਲ ਇਹ ਸਾਡੇ ਮਨ ਨੂੰ ਉੱਚੇ ਕਰਨ ਵਾਲੀਆਂ ਗੱਲਾਂ ਆទੀਆਂ ਸਾਨੂੰ ਮਾਨਸਿਕ ਤੌਰ ਤੇ ਤਾਕਤਵਰ ਬਣਾਉਣ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਰੀਤ ਚੱਲੀ ਹੈ ਤੇ ਦਸ਼ਮੇਸ਼ ਪਿਤਾ ਤੱਕ ਇਹ ਪਰਪੱਕ ਤੇ ਵੱਡੀ ਹੁੰਦੀ ਆਈ ਹੈ ਕਿ ਤੁਹਾਨੂੰ ਇਸ ਲੈਵਲ ਬਣਾ ਦੇਣਾ ਹੈ ਇਹ ਦਲੇਰੀ ਇਹ ਜੁਰਰਤ ਪੰਜਾਂ ਮੁਖਤਿਆਂ ਤੋਂ ਬਾਅਦ ਤਕਰੀਬਨ 100 ਤੋਂ ਵੱਧ ਹੋਰ ਸਿੱਖਾਂ ਨੇ ਅਮਰਸ਼ਾ ਕਿਹਾ ਸੀ ਜਿਨ੍ਹਾਂ ਨੂੰ ਗੁਰਦੇਵ ਪਾਤਸ਼ਾਹ ਨੇ ਦੀਦਾਰੀ ਦਾ ਖਿਤਾਬ ਦਿੱਤਾ ਸੀ ਇਹ ਮੇਰੇ ਦੀਦਾਰੀ ਨੇ ਹੋ ਸਕਦਾ ਹੈ ਇਹ ਜਿਹੜੀ 100 ਜਾਂ ਬਣਾਏ ਨੇ ਇਹ ਟੀਮਾਂ ਬਣਾਈਆਂ ਹੋਣ ਗੁਰਦੇਵ ਪਾਤਸ਼ਾਹ ਨੇ ਕਿ ਅਮਰਤ ਦੀ ਜਿਹੜੀ ਦਾਤ ਹੈ ਖੰਡੇ ਦੀ ਪਾਹੁਲ ਹੈ ਕਿਉਂਕਿ ਹਜ਼ਾਰਾਂ ਸੰਗਤਾਂ ਨੂੰ ਛਕਾਉਣੀ ਸੀ ਪੰਜ ਦੇ ਤਾਂ ਵਸਚ ਨਹੀਂ ਨਾ ਰਹਿਣਾ ਤੇ ਇਹ ਟੀਮਾਂ ਆ ਗਈਆਂ ਅੱਗੇ ਹੁਣ 100 ਦੀਆਂ ਤਕਰੀਬਨ ਪੰਜ ਟੀਮਾਂ ਬਣ ਗਈਆਂ ਨਾ 20 ਟੀਮਾਂ ਬਣ ਗਈਆਂ ਜੇ ਪੰਜ-ਪੰਜ ਸੰਗਤ ਵੀ ਲਾਈਏ ਕਿਉਂਕਿ 100 ਤੋਂ ਵੱਧ ਨੇ ਛਕਿਆ ਇਸ ਤਰ੍ਹਾਂ ਟੀਮਾਂ ਬਣਾ ਕੇ ਪੰਜੇ ਪਿਆਰੇ ਪਰਪੱਕ ਤਾਂ ਪਹਿਲੀ ਨੇ ਗੁਰਮਤਿ ਚ ਹੁਣ ਇੱਕ ਅੰਦਾਜ਼ਾ ਲਾ ਲਿਓ ਜੇ ਉਹ ਅਚਨਚੇਤ ਉੱਠੇ ਨੇ ਤੇ ਉਹਨਾਂ ਨੇ ਗੁਰਦੇਵ ਪਾਤਸ਼ਾਹ ਨੂੰ ਵੀ ਅਮਰਤ ਦੀ ਦਾਤ ਆਪਾਂ ਕਹਿੰਦੇ ਆ ਦਿੱਤੀ ਐ ਫਿਰ ਉਹਨਾਂ ਦੇ ਬਾਣੀਆਂ ਕਿਵੇਂ ਕੰਠ ਸੀ ਉਹ ਤਾਂ ਨਵੇਂ ਆਏ ਤੇ ਬਾਣੀ ਜਿਹੜੀ ਵੀ ਬਾਣੀ ਉੱਥੇ ਪੜੀਗੀ ਇਹਦੇ ਵਿੱਚ ਮਤਭੇਦ ਐ ਆਪਾਂ ਇਸ ਡਿਸਕਸ਼ਨ 'ਚ ਨਹੀਂ ਪੈਂਦੇ ਕਿਉਂਕਿ ਜੋ ਜਿਹੜਾ ਰੂਲ ਐ ਉਹ ਸਿਸਟਮ ਐ ਉਹ ਗੁਰਦੇਵ ਦੀ ਮਰਜ਼ੀ ਐ ਤੇ ਅੱਜ ਵੀ ਇੱਕ ਇਹ ਰੂਲ ਐ ਸਕੂਲਾਂ ਦੇ ਸਿਲੇਬਸ ਨੇ ਜਿਹੜੇ ਆਡ-ਆਡ ਨੇ ਸਾਰਿਆਂ ਦੇ ਤੇ ਉੱਥੇ ਇਹ ਨਹੀਂ ਕਿ ਆਹ ਸਿਲੇਬਸ ਐ ਨਹੀਂ ਜੀ ਪਹਿਲਾਂ ਐ ਕਿ ਲੋ ਜਿਹੜਾ ਹੈਗਾ ਉਹ ਬੱਚੇ ਨੂੰ ਪੜ੍ਹਨਾ ਹੀ ਪੈਣਾ ਉਹ ਡਿਸਕਸ਼ਨ ਆਪਾਂ ਕਦੇ ਫੇਰ ਕਰਾਂਗੇ ਬਾਣੀ ਚਾਹੇ 1 ਪੜੀਏ ਚਾਹੇ 5 ਪੜੀਆਂ ਨੇ ਚਾਹੇ 10 ਪੜੀਆਂ ਨੇ ਪੜੀਆਂ ਨੇ ਨਾ ਤੇ ਉਹ ਜੇ ਯਾਦ ਨੇ ਉਹਨਾਂ ਨੇ ਤਾਂ ਹੀ ਪੜੀਆਂ ਨੇ ਇਹਦਾ ਮਤਲਬ ਪਹਿਲਾਂ ਤੋਂ ਸਿੱਖ ਨੇ ਔਰ ਬਾਣੀ ਪੜਦੇ ਨੇ ਔਰ ਬਾਣੀ ਕੰਠ ਹੈ ਉਹਨਾਂ ਦੇ ਪੰਜਾਂ ਦੇ ਤੇ ਬਾਕੀ ਵੀ ਜਿਹੜੇ ਯੋਧੇ ਆਏ ਨੇ ਸੀਸ ਅਰਪਣ ਕੀਤੇ ਨੇ ਗੁਰਮੁਖਤ ਪਹਿਲੇ ਹੀ ਨੇ ਉਹ ਸੋ ਇਥੋਂ ਇਹ ਪਤਾ ਲੱਗਦਾ ਇਹ ਕੋਈ ਅਚਨਚੇਤ ਘਟਨਾ ਨਹੀਂ ਸੀ ਘਟੀ ਹੋਈ ਵੀ ਉਹੀ ਘਟ ਗਈ ਇਹ ਬਹੁਤ ਵੱਡੀ ਤਿਆਰੀ ਸੀ ਔਰ ਉਸ ਜਿਹੜਿਆ ਨੇ ਸਿਰ ਅਰਪਣ ਕੀਤੇ ਨੇ ਉਹ ਪਹਿਲੇ ਦਿਨ ਨਹੀਂ ਆਏ ਗੁਰਦੇਵ ਪਾਤਸ਼ਾਹ ਜੀ ਕੋਲੇ ਹੋ ਪਹਿਲੇ ਗੁਰੂ ਸਾਹਿਬਾਨਾਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਤਾਂ ਘੁੜਤੀ ਉਹ ਗੁਰੂ ਬਾਣੀ ਦੀ ਮਿਲੀ ਹੋਈ ਹੈ ਸੋ ਇਸ ਢੰਗ ਦੇ ਨਾਲ ਅਮਰਤ ਦੀ ਜਿਹੜੀ ਦਾਤ ਹੈ ਉਹਨਾਂ ਨੇ ਜੀ ਦਿੱਤਾ ਤਾਂ ਪਹਿਲੀ ਬਾਣੀਆਂ ਵੀ ਕੰਠ ਨੇ ਉਹਨਾਂ ਦੇ ਸੋ ਅਮਰਤ ਛਕਾਉਣ ਤੋਂ ਬਾਅਦ ਉਹਨਾਂ ਪੰਜਾਂ ਨੂੰ ਪੋਸ਼ਾਕੇ ਨੀਲੇ ਅੱਜ ਤਾਂ ਸਾਨੂੰ ਭਗਮਾ ਜਾਂ ਕਰਤਾ ਨਾ ਗੁਰਦੇਵ ਪਾਤਸ਼ਾਹ ਨੇ ਨਿਲੰਬਰ ਬਾਣਾ ਪਵਾਇਆ ਸੀ ਜਿਹੜਾ ਕਿ ਆਸਮਾਨ ਤੇ ਸਮੁੰਦਰ ਦਾ ਪ੍ਰਤੀਕ ਹੈ ਉਚਾਈਆਂ ਆਸਮਾਨ ਦੀਆਂ ਤੇ ਗਹਿਰਾਈਆਂ ਸਮੁੰਦਰ ਦੀਆਂ ਨੀਲਾ ਰੰਗ ਹੈ ਜਿਹੜਾ ਨਿਗਾ ਮਾਰਿਓ ਆਸਮਾਨ ਤਾਂ ਨੀਲਾ ਹੈ ਪਰ ਜਦੋਂ ਸਮੁੰਦਰ ਠਾਂਤ ਟਿਕਿਆ ਹੁੰਦਾ ਸੀ ਦੂਰੋਂ ਨਿਗਾ ਮਾਰਦੇ ਆ ਤਾਂ ਉਹ ਵੀ ਨੀਲੀ ਭਾ ਮਾਰਦਾ ਤੇ ਨਿਲੰਬਰ ਬਾਣਾ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਧਾਰਨ ਕਰਵਾਇਆ ਸੀ ਔਰ ਫੇਰ ਐਦੂੰ ਵੱਡੀ ਗੱਲ ਕਿ ਮੈਨੂੰ ਵੀ ਹੁਣ ਗੋਬਿੰਦ ਰਾਏ ਤੋਂ ਸਿੰਘ ਬਣਾ ਦੋ ਇਹ ਵੀ ਵੱਡੀ ਉਹ ਘਟਨਾ ਸੀ ਪਿਆਰੇ ਕਹਿੰਦੇ ਹੈਰਾਨ ਹੋ ਗਏ ਤੇ ਮਹਾਰਾਜ ਕਹਿਣ ਲੱਗੇ ਤੁਸੀਂ ਤਾਂ ਸਾਨੂੰ ਤਿਆਰ ਕਰਨ ਵਾਲੇ ਹੋ ਕਹਿੰਦੇ ਮੈਂ ਕੌਣ ਹੰਨਾ ਤਿਆਰ ਕਰਨ ਵਾਲਾ ਖਾਲਸਾ ਗੁਰੂ ਹੈ ਗੁਰੂ ਖਾਲਸਾ ਕਰੋ ਮੈਂ ਅੱਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ ਸ਼ੰਕਾ ਨਾ ਕੀਜੈ ਸਾਵਧਾਨ ਹੋਏ ਦੀਜੈ ਅਬ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੈਨੇ ਹੋ ਕਹਿੰਦੇ ਖਾਲਸਾ ਗੁਰੂ ਹੈ ਪਰ ਹੁਣ ਗੁਰੂ ਖਾਲਸਾ ਇਹਦੀ ਸਮਝੋ ਖਾਲਸਾ ਤਾਂ ਗੁਰੂ ਬਣ ਗਿਆ ਪਰ ਗੁਰੂ ਹਲੇ ਤੱਕ ਖਾਲਸਾ ਨਹੀਂ ਬਣਿਆ ਗੁਰੂ ਗੋਬਿੰਦ ਸਿੰਘ ਖਾਲਸਾ ਨਹੀਂ ਬਣਿਆ ਪੰਜ ਪਿਆਰੇ ਤਾਂ ਗੁਰੂ ਬਣ ਗਏ ਹੁਣ ਮੈਨੂੰ ਗੁਰੂ ਨੂੰ ਖਾਲਸਾ ਵੀ ਤਾਂ ਬਣਾ ਦਿਓ ਕਮਾਲ ਦੀ ਗੱਲ ਨਹੀਂ ਤੇ ਗੁਰਦੇਵ ਪਾਤਸ਼ਾਹ ਜੀ ਨੂੰ ਉਸੇ ਢੰਗ ਦੇ ਨਾਲ ਹੁਣ ਜਿਹੜੀ ਗੁਰਤਾ ਗੱਦੀ ਸੀ ਇਹ ਸ਼ਕਸ਼ੀ ਤੋਂ ਓਕੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿਧਾਂਤਕ ਤੌਰ ਤੇ ਸਦੀਵੀ ਤੌਰ ਤੇ ਗੁਰਦੇਵ ਨੇ ਕਹਿਤਾ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ ਔਰ ਪੰਜ ਪਿਆਰੇਆਂ ਦੇ ਵਿੱਚ ਸਰੀਰਕ ਤੌਰ ਤੇ ਗੁਰੂ ਵਿੱਚ ਰੂਗਾ ਹੁਣ ਸ਼ਖਸੀ ਜਿਹੜੀ ਪੂਜਾ ਹੈ ਜਿਹੜਾ ਦੇਹਧਾਰੀ ਗੁਰੂ ਦੀ ਪ੍ਰਥਾ ਹੈ ਅੱਜੇ ਖਤਮ ਹੈ ਭਾਵੇਂ ਮੈਂ ਤੁਹਾਨੂੰ ਦੱਸਿਆ ਤਿਆਰੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਇੱਥੇ ਖਤਮ ਹੋ ਗਈ ਤੇ ਗੁਰਦੇਵ ਪਾਤਸ਼ਾਹ ਜੀ ਨੇ ਹੁਣ ਪੰਥ ਨੂੰ ਇਹ ਕਹਿ ਲਓ ਵੀ ਪ੍ਰੈਕਟੀਕਲ ਤੌਰ ਤੇ ਜ਼ਿੰਮੇਵਾਰੀ ਦੇ ਦਿੱਤੀ ਹੁਣ ਫੈਸਲੇ ਤੁਹਾਡੇ ਹੋਇਆ ਕਰਨਗੇ ਹੁਣ ਕੱਲਾ ਮੈਂ ਫੈਸਲੇ ਨਹੀਂ ਲਵਾਂਗਾ ਤੁਹਾਡਾ ਸਹਿਯੋਗ ਹੋਊਗਾ ਉਹਨਾਂ ਨੂੰ ਪੈਰਾਂ 'ਸਰ ਭਾਵੇਂ ਪਹਿਲਾਂ ਹੀ ਖੜੇ ਹੋ ਚੁੱਕੇ ਨੇ ਪਰ ਹੁਣ ਪ੍ਰੈਕਟੀਕਲੀ ਤਿਆਰੀ ਹੋਰ ਹੋ ਗਈ ਸ਼ੁਰੂ ਤੇ ਉਹ ਫੈਸਲੇ ਕਮਾਲ ਦੇ ਕਿਵੇਂ ਲਏ ਨੇ ਆਪਾਂ ਨੂੰ ਪਤਾ ਇਤਿਹਾਸ 'ਚ ਆਪਾਂ ਅੱਗੇ ਸਾਂਝ ਕਰਾਂਗੇ ਸੋ ਇਸ ਚੀਜ਼ ਨੇ ਉਤਸ਼ਾਹ ਭਰ ਦਿੱਤਾ ਔਰ ਇਹ ਲਿਖਿਆ ਮਿਲਦਾ ਕਿ ਇਸੇ ਸਮੇਂ ਇਸੇ ਵਿਸਾਖੀ ਨੂੰ ਤਕਰੀਬਨ 20000 20000 ਪ੍ਰਾਣੀਆਂ ਨੇ ਖੰਡੇ ਦੀ ਪਹੁੰਚ ਲਈ ਤੇ ਔਰ ਖੰਡੇ ਦੀ ਪਹੌਲ ਲੈਣਾ ਕੋਈ ਐ ਨਹੀਂ ਵੀ ਅੱਜ ਵਾਂਗੂ ਬਸ ਜੇ ਅਸੀਂ ਛੱਕੇ ਆਏ ਅਮਰਤ ਐ ਨਹੀਂ ਸੀ ਉਹਦਾ ਮਤਲਬ ਸੀ ਕਿ ਮਰਨ ਤੇ ਮਾਰਨ ਲਈ ਤਿਆਰ ਆ ਸਿਰ ਗੁਰੂ ਨੂੰ ਅਰਪਣ ਕਰਤਾ ਪਤਾ ਹੈ ਹੁਣ ਮੁਗਲ ਹਕੂਮਤ ਦਾ ਨਿਗਾ ਸਾਡੇ ਤੇ ਐ ਕਦੇ ਵੀ ਸਿਰ ਕਲਮ ਹੋ ਸਕਦਾ ਹੈ ਹਰ ਵੇਲੇ ਤਿਆਰ ਬਰ ਤਿਆਰ ਹਣ ਦੂਜਣ ਨੂੰ ਸਿੱਧੀ ਬਗਾਵਤ ਹਥਿਆਰ ਬੰਦ ਹੋਣਾ ਬਿਨਾ ਕਿਸੇ ਡਰ ਪਏ ਤੋ ਜਿਉਣਾ ਇਹ ਵੱਡੀ ਗੱਲ ਥੀ ਤੋ ਗੁਰਦੇਵ ਪਾਤਸ਼ਾ ਉਹ ਮਿਸ਼ਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਤੇ ਜਿਹੜੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲੇ ਸੀ। ਸੋ ਇਹ ਵੱਡੀ ਘਟਨਾ ਵਿਸਾਖੀ ਦੀ ਘਟੀ ਹੈ ਤੇ ਇਹਨੇ ਤਹਿਲਕਾ ਮਚਾਤਾ ਪਹਾੜੀਆਂ ਚ ਵੀ ਔਰੰਗਜ਼ੇਬ ਤੱਕ ਵੀ ਖਬਰਾਂ ਪਹੁੰਚ ਗਈਆਂ ਕਿ ਗੁਰਦੇਵ ਪਾਤਸ਼ਾਹ ਨੇ ਆਹ ਕੁਛ ਕਰ ਦਿੱਤਾ ਜੀ ਉੱਥੇ। ਹੁਣ ਤਾਂ ਵੱਡੀ ਉਹ ਬਗਾਵਤ ਹੋਣੀ ਐ ਤੋ ਹਹਾਕਾਰ ਮੱਚ ਗਈ ਸਾਰੇ ਪੱਛੇ। ਗੁਰਦੇਵ ਕੋਲੇ ਤਾਂ ਗਹਿਮਾ ਗਹਿਮੀ ਅਨੰਦਪੁਰ ਸਾਹਿਬ ਰਹਿਣ ਲੱਗੀ। ਹਰ ਵੇਲੇ ਸ਼ਸਤਰ ਧਾਰੀ ਯੋਧੇ ਪਹਾੜੀ ਰਾਜੇ ਜਿਹੜੇ ਸਮਝਦੇ ਤੇ ਕਿ ਸਾਡੀ ਪਰਜਾ ਉਹਨੇ ਫੇਰ ਸੁਨੇਹੇ ਭੇਜੇ ਕਿ ਸਾਡਾ ਆਨੰਦਪੁਰਾ ਗੁਰਦੇਵ ਨੇ ਉਦੋਂ ਵੀ ਕਿਹਾ ਕਿ ਭਾਈ ਆਨੰਦਪੁਰ ਸਾਹਿਬ ਤੁਹਾਡਾ ਨਹੀਂ ਹੈ ਅਸੀਂ ਮੁੱਲ ਖਰੀਦਿਆ ਹੋਇਆ ਹੈ ਮੇਰੇ ਬਾਪ ਗੁਰੂ ਤੇਗ ਬਹਾਦਰ ਸਾਹਿਬ ਨੇ ਪੈਸੇ ਦੇ ਕੇ ਲਿਆ ਮੈਂ ਤੇਰੀ ਰਿਆਸਤ ਚ ਨਹੀਂ ਰਹਿੰਦਾ ਤੇ ਨਾ ਮੈਂ ਫੇਰ ਵੀ ਤੇਰੇ ਚ ਕੋਈ ਦਖਲ ਅੰਦਾਜ਼ੀ ਨਹੀਂ ਪਰ ਉਹ ਹੰਕਾਰੀ ਤੇ ਇੱਥੇ ਵੀ ਕਹਿੰਦੇ ਨੇ ਕਿ ਗੁਰਦੇਵ ਪਾਤਸ਼ਾਹ ਨੇ ਇੱਕ ਬ੍ਰਹਮ ਭੋਜ ਯਾਨਕਿ ਯੱਗ ਕੀਤਾ ਸੀ ਵੱਡਾ ਤੇ ਜਦੋਂ ਯੱਗ ਕੀਤਾ ਬ੍ਰਹਮ ਭੋਜ ਦਾ ਮਤਲਬ ਹੁੰਦਾ ਹੈ ਕਿ ਬ੍ਰਾਹਮਣਾਂ ਨੂੰ ਕੀਤੇ ਜਾਣ ਵਾਲਾ ਵੱਡਾ ਯੱਗ ਤੇ ਕਹਿੰਦੇ ਪੰਡਤ ਵੀ ਬਹੁਤ ਵੱਡੀ ਗਣਤੀ ਚ ਆਏ ਤੇ ਜਦੋਂ ਲੰਗਰ ਤਿਆਰ ਹੋ ਗਿਆ ਸਿੱਖ ਆਏ ਨੇ ਮਹਾਰਾਜ ਭੋਜਨ ਪ੍ਰਸ਼ਾਦਾ ਲੰਗਰ ਤਿਆਰ ਹੈ ਜੀ ਕੀ ਹੁਕਮ ਹੈ ਮਹਾਰਾਜ ਕਹਿੰਦੇ ਅਰਦਾਸ ਕਰੋ ਔਰ ਵਰਤਾ ਦਿਓ ਕਹਿੰਦੇ ਪੰਡਤ ਰੁੱਸ ਬੈਠੇ ਗੁਰਦੇਵ ਨੂੰ ਪਤਾ ਲੱਗਿਆ ਆ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡਾ ਖਿਆਲ ਨਹੀਂ ਰੱਖਿਆ ਸਾਡਾ ਹੱਕ ਹੈ ਪਹਿਲਾਂ ਬ੍ਰਹਮਪੋਇ ਤੇ ਤਾਂ ਗੁਰਦੇਵ ਨੇ ਆਖਿਆ ਸੀ ਪੰਡਤ ਹੀ ਅਸਲ 'ਚ ਤੁਹਾਡਾ ਚੇਤਾ ਹੀ ਭੁੱਲ ਗਿਆ ਧਿਆਨੇ ਨਹੀਂ ਰਿਹਾ ਹੁਣ ਇਹ ਵੱਡੀ ਗੱਲ ਦੀ ਚੇਤਾ ਉਹਦਾ ਭੁੱਲਦਾ ਜਿਹਦੀ ਲੋੜ ਨਹੀਂ ਹੁੰਦੀ ਵਿਆਹ ਸ਼ਾਦੀਆਂ ਚ ਆਪਾਂ ਜਿਹਨੂੰ ਕਾਰਡ ਦੇਣਾ ਰਹਿ ਜਾਂਦਾ ਨਾ ਆਪਾਂ ਕਹਿੰਦੇ ਯਾਰ ਭੁੱਲ ਗਏ ਕਿਉਂ ਭੁੱਲੇ ਕਿਉਂਕਿ ਲੋੜ ਨਹੀਂ ਸੀ ਉਹਦੀ ਜਿਸ ਬੰਦੇ ਦੀ ਲੋੜ ਆ ਉਹਦਾ ਕਦੇ ਚੇਤਾ ਨਹੀਂ ਭੁੱਲਦਾ ਚੇਤਾ ਹੀ ਉਹਦਾ ਭੁੱਲਦਾ ਜਿਹਦੀ ਲੋੜ ਨਹੀਂ ਹੁੰਦੀ ਜਾਂ ਜ਼ਰੂਰਤ ਨਹੀਂ ਹੁੰਦੀ ਜਿਹਦੇ ਬਿਨਾ ਸਰਦ ਹੈ ਉਹਨੂੰ ਆਪਾਂ ਕਹਦੇ ਨਾ ਬਾਈ ਯਾਦ ਨਹੀਂ ਜੀਦਾ ਜਿਹਦੇ ਬਿਨਾ ਸਰਦਾ ਨਹੀਂ ਉਹ ਤਾਂ ਹਰ ਵੇਲੇ ਅੰਦਰ ਰਹਿੰਦਾ ਉਹਨੂੰ ਕਿਵੇਂ ਭੁੱਲ ਸਕਦੇ ਆਪਾਂ ਤੇ ਗੁਰਦੇਵ ਨੇ ਇਹ ਵੱੱਟੀ ਗੱਲ ਕਰਤੀ ਉਹ ਕਹਿੰਦੇ ਚੇਤਾ ਭੁੱਲ ਗਿਆ ਉਹ ਕਹਿੰਦੇ ਜੀ ਐ ਤੁਸੀਂ ਤਾਂ ਮਰਿਆਦਾ ਉਲਟਾਤੀ ਅਸੀਂ ਉੱਚ ਜਾਤੀਏ ਤੁਸੀਂ ਆ ਨੀਵੀਂ ਜਾਤੀਆਂ ਨੂੰ ਬਰਾਬਰ ਬਿਠਾ ਲਿਆ ਉਧਰੋਂ ਖੱਤਰੀ ਰੌਲਾ ਪਾਉਣ ਤਾਂ ਗੁਰਦੇਵ ਪਾਤਸ਼ਾਹ ਨੇ ਆਖਿਆ ਸੀ ਮੈਨੂੰ ਇਹਨਾਂ ਤੋਂ ਉੱਤੇ ਕੁਝ ਵੀ ਨਹੀਂ ਮੇਰੀ ਜਾਨ ਨੇ ਇਹ ਮੇਰੇ ਪੁੱਤ ਨੇ ਮੇਰੇ ਧੀਆ ਪੁੱਤ ਨੇ ਮੈਨੂੰ ਥੋੜੀ ਕਿਸੇ ਦੀ ਲੋੜ ਨਹੀਂ ਬਸ ਮੈਨੂੰ ਆ ਚਾਹੀਦੇ ਨੇ ਉਹ ਕਹਿੰਦੇ ਜੀ ਜਿਹੜੇ ਖੱਤਰੀ ਤੇ ਉਹ ਕਹਿੰਦੇ ਤੇ ਸਾਡੇ ਤੋਂ ਬਿਨਾ ਫਿਰ ਜੰਗਾਂ ਜੁੱਧਾਂ ਤੁਹਾਨੂੰ ਪਤਾ ਹੈ ਜੀ ਇਹ ਲੜ ਲਣਗੇ ਆ ਜੱਟ ਨਾਈ ਚੀਂਬੇ ਚੂੜੇ ਚ ਮਾਰ ਜਿਹਨਾਂ ਨੂੰ ਲਈਂ ਬਿਰਦੇ ਹਾਂ ਇਹ ਲੜ ਲਣਗੇ ਪੰਡਤ ਕਹਿੰਦੇ ਅਸੀਂ ਆ ਜੀ ਜਿਹੜੇ ਧਰਮ ਪ੍ਰਚਾਰਤਾ ਅਸੀਂ ਹੋ ਕਰ ਸਕਦੇ ਹਾਂ ਤੁਹਾਨੂੰ ਮਦਦ ਸਾਡੀ ਉਹ ਲੈਣੀ ਪਊਗੀ ਇਹਨਾਂ ਨੂੰ ਤਾਂ ਅਸੀਂ ਅਨਪੜ ਰੱਖਿਆ ਹੋਇਆ ਇਹਨਾਂ ਨੂੰ ਕੀ ਆਉਂਦਾ ਤਾਂ ਗੁਰਦੇਵ ਨੇ ਉਦੋਂ ਕਿਹਾ ਸੀ ਇਨ ਤੇ ਗਹਿ ਪੰਡਤ ਉਪਜਾਉ ਪੰਡਤ ਦਾ ਭਾਵ ਵਿਦਵਾਨ ਇਨ ਤੇ ਗਹਿ ਪੰਡਤ ਉਪਜਾਉ ਕਥਾ ਕਰਨ ਕੀ ਰੀਤ ਸਿਖਾਉਂ ਇਨਹੀ ਕੋ ਸਰਦਾਰ ਬਣਾਉਂ ਰਾਜ ਕਰਨ ਕੀ ਜਾਚ ਸਿਖਾਉਂ ਮੈਂ ਇਨ ਗਰੀਬ ਸਿੱਖਣ ਕੋ ਦੇਹੂੰ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਕਹਿੰਦੇ ਨਾ ਗਰੀਬਾਂ ਨੂੰ ਬਾਦਸ਼ਾਹ ਬਣਾਉਂਗਾ ਤੁਸੀਂ ਜਿਹਨਾਂ ਨੂੰ ਮਜ਼ਾਕ ਕਰਦੇ ਹੋ ਨਾ ਇਹ ਤਾਂ ਤਲਵਾਰਾਂ ਦੇ ਨੋਕ ਤੇ ਖੇਡਣਗੇ ਸਵਾ ਸਵਾ ਲੱਖ ਨਾਲ ਲੜਨਗੇ ਤੁਹਾਡੇ ਅੰਕੂ ਬੁਸ ਦਿਨਾ ਵਾਂਗੂ ਨਹੀਂ ਕਰਨਗੇ ਤੁਸੀਂ ਹੰਕਾਰ ਕਰਦੇ ਹੋ ਧਰਮ ਹੀ ਹੋਣ ਦਾ ਤਾਂ ਗੁਰਦੇਵ ਨੇ ਆਖਿਆ ਸੀ ਇਹ ਕਰਨਗੇ ਮੇਰੇ ਇਸ ਮਿਸ਼ਨ ਦਾ ਪ੍ਰਚਾਰ ਇਹ ਸੱਚਮੁੱਚ ਉਹਨਾਂ ਯੋਧਿਆਂ ਨੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਏ ਤੇ ਕਹਿੰਦੇ ਸੀ ਚਿੜੀਆਂ ਉਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਏਕ ਲੜਾਉ ਤਬਹੇ ਗੋਬਿੰਦ ਸਿੰਘ ਨਾਮ ਕਹਾਉ ਕੱਲੇ-ਕੱਲੇ ਨੂੰ ਸਵਾ-ਸਵਾ ਲੱਖ ਦੇ ਟੱਕਰੇ ਤੇ ਖੜਾ ਕਰ ਦੋ ਇਹਨਾਂ ਤਿਆਰੀਆਂ ਤੋਂ ਅਗਲਾਕ ਉੱਠੀ ਸੀ ਚਾਰੇ ਪਾਸੇ ਚਾਹੇ ਦਾਸੀ ਪਹਾੜੀਆਂ ਨੂੰ ਕੋਈ ਗੁਰਦੇਵ ਕੋਲੇ ਆਉਂਦੇ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਆ ਪਰਨਾ ਮੈਂ ਪਹਿਲਾਂ ਵੀ ਦੱਸ ਚੁੱਕਾ ਜਿਹੜਾ ਈਰਖਾਲੂ ਬੰਦਾ ਹੈ ਨਾ ਉਹ ਈਰਖਾ ਦੀ ਅੱਗ ਵਿੱਚ ਹੀ ਸੜਦਾ ਰਹਿੰਦਾ ਉਹ ਇਹ ਨਹੀਂ ਸੋਚਦਾ ਵੀ ਚੰਗਾ ਬੰਦਾ ਯਾਰ ਕੰਮ ਚੰਗਾ ਕਰ ਰਿਹਾ ਇਹਦੇ ਨਾਲ ਲੱਗੀ ਹੈ ਨਾ ਅੜਿੱਕੇ ਹੀ ਪਾਊਗਾ ਉਹਦਾ ਕੋਸ਼ ਹੋਊਗਾ ਇਹਨੂੰ ਇਹਨਾਂ ਕੰਮਾਂ ਤੋਂ ਰੋਕਿਆ ਜਾਵੇ ਹੈ ਇਹਦੀ ਤਾਂ ਪ੍ਰਭੂਤਾ ਹੋ ਗਈ ਤਾਂ ਰਤਬਾ ਵੱਧ ਗਿਆ ਜਦੋਂ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਗੁਰਦੇਵ ਪਾਤਸ਼ਾਹ ਜਿਹੜੇ ਨੇ ਉਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਨੇ ਉਹ ਤਾਂ ਚਾਹੁੰਦੀ ਕੁਝ ਨਹੀਂ ਪਰ ਨਹੀਂ ਇਹ ਲੋਕ ਵਿਰੋਧੀ ਹੋਗੇ ਇੱਕਠੇ ਹੋ ਕੇ ਪਹਾੜੀਏ ਤਾਂ ਔਰੰਗਜ਼ੇਬ ਦੇ ਦਰਬਾਰ ਜਾ ਪਹੁੰਚੇ ਨੇ ਮਹਾਰਾਜ ਕਿਰਪਾ ਕਰੋ ਸ਼ਹਿਜ਼ਾਦਾ ਮੁਅੱਜ਼ਮ ਭੇਜਿਆ ਫਿਰ ਇਸ ਮੁਹੰਮ ਦੇ ਵਿੱਚ ਔਰੰਗਜ਼ੇਬ ਨੇ ਆਪਦਾ ਮੁੰਡਾ ਭੇਜਿਆ ਕਿ ਹੁਣ ਇਹਨਾਂ ਪਹਾੜੀਆਂ ਨੂੰ ਵੀ ਸਿੱਧੇ ਕਰਿਆ ਤਾਂ ਕਿ ਅੱਗੇ ਨੂੰ ਕੀ ਅੱਖ ਨਾਲ ਚੱਕ ਸਕੇ ਨਾਲੇ ਚਾਰੇ ਪਾਸੇ ਅਮਨ ਸ਼ਾਂਤੀ ਕਰਕੇ ਆ ਸ਼ਹਿਜਾਦਾ ਮੁਜ਼ਮ ਫੌਜਾਂ ਲੈ ਕੇ ਆਇਆ ਹੁਣ ਇੱਥੇ ਇੱਕ ਖਾਸ ਗੱਲ ਦੱਸਣ ਲੱਗਾ ਸ਼ਹਿਜਾਦਾ ਮੁਜ਼ਮ ਦੇ ਨਾਲ ਉਹਦਾ ਜਿਹੜਾ ਮੀਰ ਮੁਨਸ਼ੀ ਹੈ ਉਹਦਾ ਸਲਾਹਕਾਰ ਲਾ ਲਓ ਉਹਦਾ ਖਜ਼ਾਨਚੀ ਲਾ ਲਓ ਵੱਡੇ ਅਹੁਦੇ ਤੇ ਹੈ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿਹਨੂੰ ਅਸੀਂ ਨੰਦ ਲਾਲ ਜੀ ਕੋ ਆਇਆ ਕਹਿੰਦੇ ਆ ਉਹ ਇਸ ਮੁਹੰਮ ਵਿੱਚ ਨਾਲ ਆਇਆ ਉਹ ਪੁਰਾਣਾ ਖਾਨਦਾਨੀ ਗੁਰੂ ਪਾਤਸ਼ਾਹ ਦਾ ਸ਼ਰਧਾਲੂ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹੋਏ ਨੇ ਜਦੋਂ ਮੁਹੰਮ ਲੈ ਕੇ ਸ਼ਹਿਜ਼ਾਦਾ ਆਇਆ ਪਹਾੜੀ ਤਾਂ ਆਉਂਦੇ ਸਿੱਧੇ ਕਰ ਲੈ ਕਿਉਂਕਿ ਉਹਨਾਂ ਤਾਂ ਗੋਡੇ ਟੇਕ ਤੇ ਹੁਣ ਬਾਦਸ਼ਾਹ ਦੇ ਮੁੰਡੇ ਨਾਲ ਲੜਨ ਦੀ ਤਾਕਤ ਕੀਦੀ ਸੀ। ਆਨੰਦਪੁਰ ਸਾਹਿਬ ਨੂੰ ਜਦੋਂ ਮੂੰਹ ਕਰਨ ਦੀ ਗੱਲ ਕੀਤੀ ਤਾਂ ਅਨੰਦ ਲਾਲ ਜੀ ਨੇ ਕਿਹਾ ਸੀ ਮਹਾਰਾਜ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਲੜਨਾ ਚਾਹੀਦਾ ਕਿਉਂਕਿ ਉਹ ਤਾਂ ਆਪਣੇ ਨਾਲ ਕੋਈ ਵੈਰ-ਵਿਰੋਧ ਨਹੀਂ ਤਾਂ ਇੱਕ ਸ਼ਾਂਤੀ ਪਸੰਦ ਨੇ। ਪਹਾੜੀਆਂ ਦੀ ਕੋਈ ਮਦਦ ਨਹੀਂ ਕਰਨਗੇ ਤੁਸੀਂ ਬੇਸ਼ੱਕ ਜਮਾ ਕੇ ਦੇਖ ਲਓ। ਤੁਸੀਂ ਪਹਾੜੀਆਂ ਤੇ ਜੋ ਮਰਜ਼ੀ ਕਰੋ ਮੈਨੂੰ ਪਤਾ ਹੈ ਗੁਰੂ ਪਾਤਸ਼ਾਹ ਇਹਨਾਂ ਦੀ ਮਦਦ ਤੇ ਨਹੀਂ ਆਉਣਗੇ ਤੇ ਗੱਲ ਸਹੀ ਹੋਈ ਸ਼ਹਿਜ਼ਾਦੇ ਨੇ ਪਹਾੜੀਆਂ ਤੇ ਅਟੈਕ ਕੀਤਾ। ਤੇ ਪਹਾੜੀਏ ਕਿਹੜੇ ਮੂੰਹ ਨਾਲ ਗੁਰੂ ਤੋਂ ਮਦਦ ਮੰਗਦੇ ਕਿਉਂਕਿ ਹਜ਼ਾਰ ਬਾਰੀ ਤਹੋ ਮਦਦ ਲੈ ਕੇ ਮੁੱਕਰ ਚੁੱਕੇ ਨੇ ਬੇਈਮਾਨ ਹੋ ਚੁੱਕੇ ਨੇ ਤੇ ਗੁਰਦੇਵ ਪਾਤਸ਼ਾਹ ਨੇ ਵੀ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਫਿਰ ਉਹਨੇ ਆਪਣੇ ਬੰਦੇ ਵੀ ਪਹਾੜੀਆਂ ਦਾ ਕੋਈ ਬੰਦਾ ਕੋਈ ਫੌਜੀ ਕੋਈ ਸੈਨਿਕ ਆਨੰਦਪੁਰ ਤੋਂ ਨਹੀਂ ਲੁਕੇ ਹੋਏ ਉਹਨੇ ਆਪਣੇ 150 ਸੈਨਾ ਸੈਨਾ ਦੇ ਵਿੱਚੋਂ ਬੰਦੇ ਭੇਜੇ ਕਿ ਚੈਕਿੰਗ ਕਰਕੇ ਆਓ ਉਹ ਆਨੰਦਪੁਰ ਵੀ ਆਏ ਨੇ ਘੁੰਮ ਫਿਰ ਕੇ ਗਏ ਨੇ ਸਾਰੇ ਪਾਸੇ ਦੇਖਿਆ ਤੇ ਗੁਰਦੇਵ ਨੇ ਉਹਨਾਂ ਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਕੋਈ ਗੱਲ ਨਹੀਂ ਫਿਰਦੇ ਰੋ ਸਾਨੂੰ ਕੀ ਲੈਣਾ ਜਿੰਨਾ ਚਿਰ ਕੋਈ ਤੁਸੀਂ ਹਰਕਤ ਨਹੀਂ ਕਰੋਗੇ ਅਸੀਂ ਕੁਝ ਨਹੀਂ ਕਰਦੇ ਤੇ ਆਨੰਦ ਲਾਲ ਨੇ ਫੇਰ ਉਹ ਗੱਲਾਂ ਦਸੀਆਂ ਕਿ ਮਹਾਰਾਜ ਹੁਣ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਆਪਾਂ ਨੂੰ ਗੁਰਦੇਵ ਨਾਲ ਨੇੜਤਾ ਕਰਨੀ ਚਾਹੀਦੀ ਹੈ ਕਦੇ ਲੋਡ ਪੈ ਸਕਦੀ ਹੈ ਹੁਣ ਇਸ ਚੀਜ਼ ਦਾ ਲੋਡ ਦਾ ਅੰਦਾਜ਼ਾ ਲਾ ਲਿਓ ਸ਼ਹਿਜਾਦਾ ਮੁਅੱਜਮ ਨੂੰ ਪਤਾ ਸੀ ਮੇਰੇ ਬਾਪ ਨੇ ਗੱਦੀ ਕਿਵੇਂ ਲਈ ਔਰੰਗਜ਼ੇਬ ਨੇ ਭਾਈਆਂ ਨਾਲ ਲੜ ਕੇ ਤੇ ਮੈਨੂੰ ਵੀ ਲੜਕੀ ਲੈਣੀ ਪੈਣੀ ਹੈ ਨੀਤੀਬਾਨ ਬੰਦਾ ਹੁੰਦਾ ਜਿਹੜਾ ਦੂਰ ਦੀ ਸੋਚਦਾ ਹੈ ਏਹੀ ਸ਼ਹਿਜਾਦਾ ਮੁਅੱਜ਼ਮ ਸੀ ਬਹਾਦਰ ਸ਼ਾ ਜਿਹਦੇ ਨਾਲ ਗੁਰਦੇਵ ਪਾਤਸ਼ਾਹ ਜੀ ਦੀ ਇੱਥੋਂ ਸਾਂਝ ਬਣਨੀ ਸ਼ੁਰੂ ਹੋਈ ਹੈ ਉਹਨੇ ਮਹਾਰਾਜ ਕੋਲੇ ਦੀਵਾਨ ਨੰ ਭਾਈ ਅਨੰਦ ਲਾਲ ਜੀ ਨੂੰ ਭੇਜਿਆ ਗਿਫਟ ਦੇ ਕੇ ਸੁਗਾਤ ਦੇ ਕੇ ਤੇ ਦੋਸਤੀ ਦਾ ਹੱਥ ਵਧਾਇਆ ਗੁਰਦੇਵ ਨੇ ਖਿੜੇ ਮੱਥੇ ਪਰਵਾਨ ਕੀਤਾ ਤੇ ਭਾਈ ਨੰਦ ਲਾਲ ਜੀ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਵਿਦਾ ਕੀਤਾ ਸੀ ਏਸੇ ਨੇ ਫਿਰ ਮਦਦ ਮੰਗੀ ਸੀ ਤੇ ਏਸੇ ਨੂੰ ਤਖਤ ਤੇ ਬੈਠਣ ਵਿੱਚ ਗੁਰਦੇਵ ਪਾਤਸ਼ਾਹ ਨੇ ਮਦਦ ਕੀਤੀ ਸੀ ਬੜੀਆਂ ਲੰਮੀਆਂ ਕੜੀਆਂ ਨੇ ਜਦੋਂ ਇਹਨਾਂ ਨੂੰ ਆਪਾਂ ਦੇਖਦੇ ਹਾਂ ਸੋ ਭਾਈ ਨੰਦ ਲਾਲ ਜੀ ਬਹੁਤ ਹੀ ਸਿਆਣੇ ਤੇ ਸੂਝਵਾਨ ਸੀ ਜਿਹੜੇ ਅੱਜ ਵੀ ਅਸੀਂ ਸਤਿਕਾਰ ਉਹਨਾਂ ਦਾ ਕਰਦੇ ਹਾਂ ਕਿਉਂਕਿ ਉਹਨਾਂ ਦੀਆਂ ਰਚਨਾਵਾਂ ਬਾ ਕਮਾਲ ਨੇ ਜਿਨ੍ਹਾਂ ਨੇ ਲਿਖਿਆ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਏ ਜ਼ੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਵੱਡੀ ਰਚਨਾ ਹੈ ਬਹੁਤ ਵੱਡੀ ਸੋ ਇਹ ਇਥੋਂ ਘਟਨਾ ਘਟੀ ਤੇ ਉਹਦੇ ਨਾਲ ਵੀ ਦੋਸਤੀ ਵਧ ਗਈ ਪਰ ਇਹ ਬਹੁਤਾ ਸਮਾਂ ਸੁਖਾਵਾਂ ਨਹੀਂ ਲੰਘ ਸਕਿਆ ਪਹਾੜੀ ਰਾਜੇ ਪੂਰੀ ਤਰ੍ਹਾਂ ਅਧੀਨ ਹੋ ਚੁੱਕੇ ਤੇ ਔਰੰਗਜ਼ੇਬ ਦੇ ਪਹਿਲਾਂ ਵੀ ਇਹਦੀਨ ਸੀ بس ਇੱਕ ਵਾਰੀ ਥੋੜਾ ਸਿਰ ਚੱਕਣ ਦੀ ਜ਼ਰੂਰਤ ਕੀਤੀ ਸੀ ਫਿਰ ਲੜਾਈ ਹੋਈ ਗੁਰਦੇਵ ਨੇ ਫੇਰ ਮਦਦ ਕੀਤੀ ਪਹਾੜੀਏ ਦੀ ਪਰ ਉਹ ਫੇਰ ਕੱਚੇ ਨਿਕਲਦੇ ਰਹੇ ਇੱਕ ਇੱਕ ਦੀ ਗੁਲੇਰਚੰਦ ਦੀ ਮਦਦ ਕੀਤੀ ਬਾਕੀ ਉਹਦੇ ਖਿਲਾਫ ਤੇ ਭਾਈ ਸੰਗਤੀ ਆ ਉਹਦੀ ਮਦਦ ਤੇ ਗਿਆ ਗੁਰਦੇਵ ਨੇ ਭੇਜਿਆ ਕਿ ਜਾਓ ਉਹਦੀ ਮਦਦ ਕਰੋ ਪਹਾੜੀਆਂ ਨੂੰ ਫੇਰ ਮੂੰਹ ਦੀ ਖਾਣੀ ਪਈ ਕਈ ਵਾਰੀ ਹਾਰੇ ਅਖੀਰ ਨੂੰ ਫੇਰ ਔਰ ਅਨਜੀਬ ਨੇ ਖਾਸ ਹਦਾਇਤਾਂ ਦੇ ਕੇ ਭੇਜੇ ਕਿ ਇਸ ਉੱਠ ਦੀ ਤਾਕਤ ਨੂੰ ਸਦਾ ਲਈ ਹੁਣ ਖਤਮ ਕਰੋ ਇਹ ਹੁਕਮਨਾਮੇ ਵਜ਼ੀਰ ਖਾਨ ਸੂਬੇਦਾਰ ਸਰਹੰਦ ਸੂਬੇਦਾਰ ਲਾਹੌਰ ਸੂਬੇਦਾਰ ਮਲਤਾਨ ਬਾਈ ਧਾਰ ਦੇ ਪਹਾੜੀ ਰਾਜੇ ਨਾਲ ਸਖਤ ਹੁਕਮੇ ਦਿੱਤਾ ਵੀ ਜੇ ਕੋਈ ਬੰਦਾ ਮਦਦ ਨਹੀਂ ਕਰਦਾ ਜਿਹੜਾ ਰਾਜਾ ਮਹਾਰਾਜਾ ਰਜਵਾੜਾ ਛੋਟਾ ਅਮੀਰ ਵਜ਼ੀਰ ਠਾਣੇ ਵਾਲਾ ਜਿਹੜਾ ਇਸ ਮਹਿੰਮਤ ਚ ਮਦਦ ਨਹੀਂ ਕਰਦਾ ਉਹਨੂੰ ਉੱਥੇ ਹੀ ਕਤਲ ਕਰ ਦਿਓ ਉਜਾੜ ਦਿਓ ਉਸਨੂੰ ਸਖਤ ਹੁਕਮ ਆਗੇ ਇਧਰ ਗੁਰਦੇਵ ਪਾਤਸ਼ਾਹ ਨੂੰ ਵੀ ਪਤਾ ਲੱਗ ਗਿਆ ਕਿ ਤਿਆਰੀਆਂ ਉਧਰੋਂ ਵੱਡੇ ਲੈਵਲ ਤੇ ਹੋ ਰਹੀਆਂ ਨੇ ਤੇ ਹਜੂਰ ਨੇ ਵੀ ਤਿਆਰੀ ਚ ਕੋਈ ਕਸਰ ਨਹੀਂ ਛੱਡਿਆ ਚਾਰ ਪੰਜ ਕਿਲੇ ਹੈਗੇ ਸੀ ਆਨੰਦਪੁਰ ਬਣਾਏ ਹੋਏ ਉਹਨਾਂ ਨੂੰ ਪਰਪੱਕ ਕੀਤਾ ਉਧਰੋਂ ਫਸਲਾਂ ਸਾਹਮ ਕੇ ਸਿੱਖਾਂ ਨੂੰ ਖਬਰਾਂ ਪਹੁੰਚ ਗਈਆਂ ਜੋ ਆਪਣੇ ਪਿੰਡਾਂ ਨੂੰ ਗਏ ਹੋਏ ਤੇ ਉਹ ਫਸਲਾਂ ਨੂੰ ਸਾਹਮ ਕੇ ਨਾਲ ਦੀ ਨਾਲ ਧਾਈ ਕਰਕੇ ਆਨੰਦਪੁਰ ਸਾਹਿਬ ਨੂੰ ਆਉਣੇ ਸ਼ੁਰੂ ਹੋ ਗਏ ਇਤਿਹਾਸਕਾਰ ਲਿਖਦੇ ਨੇ ਕਿ ਲੱਖਾਂ ਦੀ ਗਿਣਤੀ ਵਿੱਚ ਮੁਲਖਈਆ ਇਕੱਠਾ ਹੋ ਕੇ ਆਇਆ ਹੈ ਲੱਖਾਂ ਦੀ ਗਿਣਤੀ 'ਚ ਪਹਿਲਾਂ ਪਿਛਲੇ ਜੰਗਾਂ ਦੇ ਵਿੱਚ ਇੱਕ ਘਟਨਾ ਰਹੀ ਗਈ ਜਿਹੜੇ ਜੰਗ ਹੋ ਰਹੇ ਸੀ ਉਹਦੇ ਵਿੱਚ ਜਿਹੜਾ ਭਾਈ ਬਚਿੱਤਰ ਸਿੰਘ ਜੀ ਵਾਲੀ ਘਟਨਾ ਵਿੱਚੋਂ ਸਕਿੱਪ ਕਰ ਗਈ ਸੀ ਆਪਾਂ ਜਦੋਂ ਉਹ ਮੁਹੰਮਾ ਆਰੀਆ ਨੇ ਜਰਨੈਲ ਚੜਚੜ ਆ ਰਹੇ ਨੇ ਪਹਾੜੀ ਉਹ ਹਾਰ ਗਏ ਤਾਂ ਵਾਪਸ ਮੁੜਨ ਲੱਗੇ ਤਾਂ ਪਹਾੜੀਆਂ ਨੇ ਫੇਰ ਬੇਨਤੀ ਕਰੀ ਮਹਾਰਾਜ ਜੀ ਤੁਸੀਂ ਮੁੜ ਕੇ ਅਸੀਂ ਕੀ ਕਰਾਂਗੇ ਪਿੱਛੋਂ ਗੁਰੂ ਨੂੰ ਤਾਂ ਸਾਨੂੰ ਛੱਡਣਾ ਨਹੀਂ ਉਹ ਕਹਿੰਦੇ ਕਰੀਏ ਕੀ ਕਿਲਾ ਤਾਂ ਖੁੱਲਦਾ ਨਹੀਂ ਉਹ ਕਹਿੰਦੇ ਜੀ ਰਾਜੇ ਕੋਲੇ ਸਾਡੇ ਕੋਲੇ ਇੱਕ ਹਾਥੀ ਹੈ ਜਿਹਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਹੋਈ ਹੈ ਕਿਲਿਆਂ ਦੇ ਦਰਵਾਜ਼ੇ ਤੋੜਨ ਦੀ ਉਹ ਕਹਿੰਦੇ ਫੇਰ ਬਸ ਉਹ ਇੱਕ ਮੌਕਾ ਦੇ ਦਿਓ ਜੀ ਕੱਲ ਨੂੰ ਦਰਵਾਜ਼ਾ ਤੋੜ ਦਾਂਗੇ ਹਾਥੀ ਜੋ ਕਿ ਮਸਤ ਹੈ ਔਰ ਉਹ ਇੱਕੋ ਟੱਕਰ 'ਚ ਦਰਵਾਜ਼ਾ ਤੋੜ ਦੂ ਉਦੋਂ ਬਾਅਦ ਆਪਾਂ ਅੰਦਰ ਫੜ ਕੇ ਸਾਧਾਂ ਦਾ ਟੋਲਾ ਹੀ ਨਾਲੇ ਗੁਰੂ ਨੂੰ ਫੜ ਲਿਆਵਾਂਗੇ ਨਾਲੇ ਸਿੱਖਾਂ ਨੂੰ ਫੜ ਲਿਆਵਾਂਗੇ ਇਹਦੇ ਨਾਲ ਫੇਰ ਉਹਨਾਂ ਨੂੰ ਨਵਾਂ ਜੋਸ਼ ਆਇਆ ਵੀ ਲੋ ਆਸ ਠੀਕ ਹੈ ਖਬਰਾਂ ਜਦੋਂ ਕਿਉਂਕਿ ਸੂਹੇ ਗੁਰੂ ਜੀ ਦੇ ਵੀ ਥਾਂ-ਥਾਂ ਤੇ ਫਿੱਟ ਕੀਤੇ ਹੋਏ ਤੇ ਖਬਰ ਗੁਰੂ ਪਾਤਸ਼ਾਹ ਕੋਲੇ ਵੀ ਪਹੁੰਚ ਗਈ ਜੋ ਸ਼ਾਮ ਦਾ ਕਹਿੰਦੇ ਰਹਿਰਾਸ ਸਾਹਿਬ ਦਾ ਦੀਵਾਨ ਲੱਗਿਆ ਸੀ ਸੋਦਰ ਦਾ ਚੌਂਕੀ ਲੱਗੀ ਸੀ ਅਰਦਾਸ ਤੋਂ ਬੇਲੇ ਗੁਰੂ ਪਾਤਸ਼ਾਹ ਦੀ ਸਿੱਖ ਨੇ ਅਰਜ਼ੀ ਕੀਤੀ ਮਹਾਰਾਜ ਪਹਾੜੀਆਂ ਨੇ ਆਹ ਤਿਆਰੀ ਕੀਤੀ ਐ ਹਾਥੀ ਨੂੰ ਭੇਜ ਰਹੇ ਨੇ ਛੋਟੀ ਜੀ ਗੱਲ ਨਹੀਂ ਜੇ ਆਪਾਂ ਸੋਚ ਕੇ ਦੇਖੀਏ ਅੱਜ ਕੱਲ ਤਾਂ ਮਾਰੂ ਹਥਿਆਰ ਨੇ ਨਾ ਉਦੋਂ ਇਹੋ ਜਿਹੀ ਹਥਿਆਰ ਹੁੰਦੇ ਨਹੀਂ ਤੇ ਹਾਥੀ ਸਾਰਾ ਲੋਹੇ ਵਿੱਚ ਮੜਿਆ ਹੋਇਆ ਤਾਂ ਕਹਿੰਦੇ ਨੇ ਭਾਈ ਦੁਨੀ ਚੰਦ ਜੀ ਨੂੰ ਗੁਰੂ ਪਾਤਸ਼ਾਹ ਨੇ ਆਖਿਆ ਸੀ ਇੱਕ ਕਹਾਣੀ ਹੈ ਜਿਹੜੀ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੋਈ ਹੈ ਸੱਚ ਝੂਠ ਇਹ ਬਾਬਾ ਜਾਣਦਾ ਹੈ ਇਹਦੇ ਬਾਰੇ ਕਿਉਂਕਿ ਬਹੁਤ ਲੋੜ ਹੈ ਖੋਜ ਦੀ ਖੋਜ ਦਾ ਮਹਤਾਜ ਹੈ ਸਾਡਾ ਸਾਹਿਤ ਪਰ ਇੰਨਾ ਨੂੰ ਪਤਾ ਹੈ ਕਿ ਗੁਰਦੇਵ ਪਾਤਸ਼ਾਹ ਨੇ ਫਿਰ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਸੀ ਤੇ ਭਾਈ ਬਚਿੱਤਰ ਸਿੰਘ ਜਿਹੜਾ ਕਿ ਛੋਟੇ ਜਿਹੇ ਸਰੀਰ ਦਾ ਸੀ ਇਹ ਨਹੀਂ ਕਿ ਕੱਦ ਕਾਟ ਕੇ ਉਹ ਹਾਥੀ ਵਰਗਾ ਸੀ ਬਹੁਤ ਛੋਟਾ ਸਰੀਰ ਸੀ ਉਹਨਾਂ ਦਾ ਭਾਵੇਂ ਕਿ ਆਮ ਤਰ੍ਹਾਂ ਮੈਨਾਂ ਕੱਦ ਫਰਤੀਲਾ ਬਹੁਤ ਜ਼ਿਆਦਾ ਬਾਜ ਵਰਗਾ ਤੇ ਸਪੈਸ਼ਲ ਵਰਖਾ ਦਿੱਤਾ ਸੀ ਗੁਰਦੇਵ ਪਾਤਸ਼ਾਹ ਨੇ ਜਿਹਦਾ ਨਾਮ ਸੀ ਨਾਗਣੀ ਤੇ ਉਹਨੇ ਹਜੂਰ ਨੂੰ ਕਿਹਾ ਸੀ ਮਹਾਰਾਜ ਮੈਂ ਕੌਣ ਹੰਨਾ ਜੀ ਟਾਕਰਾ ਕਰਨ ਵਾਲਾ ਤੁਸੀਂ ਉਹ ਕਰਨਾ ਤੇ ਮੈਨੂੰ ਤਾਂ ਮਾਣੇ ਬਖਸ਼ਣਾ ਇਹ ਭਰੋਸਾ ਹੈ ਇਹਨੂੰ ਭਰੋਸਾ ਕਹਿੰਦੇ ਨੇ ਹੁਣ ਜੇ ਉਹ ਕਹਿੰਦਾ ਮੈਂ ਕਰਨਾ ਜੀ ਮੈਂ ਤਾਂ ਚੱਕ ਦੂੰ ਫੱਟੇ ਤੇ ਮੈਂ ਮੈਂ ਕਰਨ ਵਾਲੇ ਤਾਂ ਬਹੁਤ ਖਤਮ ਹੋਏ ਨੇ ਦੂਜਾ ਗੱਲ ਹੰਕਾਰ ਦੀ ਹੈ ਕਿ ਗੁਰਦੇਵ ਪਾਖਸ਼ਾ ਨੇ ਸਾਡੇ ਅੰਦਰੋਂ ਹੰਕਾਰ ਨੂੰ ਖਤਮ ਕੀਤਾ ਬਾਣੀ ਚ ਆਉਂਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਟ ਗਿਆ ਜੱਤ ਦੇਖਾਂ ਤਤ ਤੂੰ ਮੈਂ ਉਹਨੂੰ ਯਾਦ ਕਰਦਾ ਕਰਦਾ ਉਹਦੇ ਵਰਗਾ ਹੋ ਗਿਆ ਮੈਂ ਮੈਂ ਵਾਲੀ ਗੱਲ ਨਹੀਂ ਮੈਂ ਆ ਕਰਨਾ ਜਿਹਨੇ ਮੈਂ ਮੈਂ ਕਰਨਾ ਸੀ ਉਹ ਬਹੁਤ ਫੇਲ ਹੋਏ ਨੇ ਇਸ ਕੰਮ 'ਚ ਜਿਨੇ ਇਹ ਕੀਤਾ ਮਹਾਰਾਜ ਮੈਂ ਕੋਣਾ ਬੰਦਾ ਬਹਾਦਰ ਦੀ ਸ਼ਹਾਦਤ ਉਹਨੇ ਵੀ ਅਖੀਰ ਤਹੀ ਕਿਹਾ ਸੀ ਮੈਂ ਕੌਣ ਸੀ ਕਰਨ ਵਾਲਾ ਮੈਂ ਤਾਂ ਇੱਕ ਡਿੰਗ ਨਹੀਂ ਪੱਟ ਸਕਦਾ ਤੇ ਜੋ ਕੀਤਾ ਗੁਰਦੇਵ ਨੇ ਇਹ ਹੈ ਆਪਨਾ ਆਪਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਤੂੰ ਮਰਤਬਾ ਚਾਹੇ ਕਿ ਦਾਣਾ ਖਾਕਵੇਂ ਮਿਲਕਰ ਗੁਲੇ-ਗੁਲਜ਼ਾਰ ਹੋਤਾ ਹੈ ਆਪਣੀ ਹਸਤੀ ਨੂੰ ਮਟਾਏ ਤੇ ਭਾਈ ਬਚਿੱਤਰ ਸਿੰਘ ਨੇ ਵੀ ਇਹੀ ਗੱਲ ਕਹੀ ਤੇ ਉਹ ਖੂਨੀ ਹਾਥੀ ਸ਼ਰਾਬ ਦਾ ਰੱਜਿਆ ਹੋਇਆ ਕਿਉਂਕਿ ਸਪੈਸ਼ਲ ਟ੍ਰੇਨਿੰਗ ਉਹਨੂੰ ਪਾਗਲ ਬਣਾ ਦੰਦੇ ਤੇ ਸ਼ਰਾਬ ਹਾਥੀ ਤੁਹਾਨੂੰ ਵੀ ਪਤਾ ਹੋਣਾ ਸ਼ਰਾਬ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ ਇਹਨਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ ਉਹ ਸ਼ਰਾਬ ਦਾ ਰੱਜਿਆ ਹੋਇਆ ਮਹਾਵਤ ਉੱਪਰ ਬਿਠਾਇਆ ਹੋਇਆ ਉਹਦੇ ਕਿ ਉਹ ਵੀ ਨਸ਼ੇ ਚ ਟੱਲੀ ਤਾਂ ਕਿ ਡਰੇ ਨਾ ਕਬਰਾਵੇ ਨਾ ਪਿੱਛੇ ਫੌਜਾਂ ਤੇ ਜਦੋਂ ਹਾਥੀ ਤੇ ਇੱਥੇ ਅੰਕੁਸ਼ ਕਿਉਂਕਿ ਇਹਦੇ ਦਿਮਾਗ ਦੇ ਉੱਤੇ ਸੱਟ ਮਾਰੀ ਜਾਂਦੀ ਹੈ ਜਿਹਨੂੰ ਕੁੰਡਾ ਵੀ ਕਹਿੰਦੇ ਆ ਤੇ ਅੰਕੁਸ਼ ਕਹਿੰਦੇ ਆ ਸੂਆ ਵੀ ਕਹਿੰਦੇ ਆ ਉਹ ਇਹਦੇ ਕੰਨ ਦੇ ਪਿੱਛੇ ਜਦੋਂ ਸੱਟ ਮਾਰੀ ਜਾਂਦੀ ਹੈ ਇਹ ਬਸ ਪਾਗਲ ਹੋ ਜਾਂਦਾ ਹੈ ਫਿਰ ਉਹ ਇੱਥੋਂ ਤਕਲੀਫ ਮੰਨਦਾ ਹੈ ਬਹੁਤ ਜ਼ਿਆਦਾ ਤਾਂ ਇਹਨੂੰ ਜੋ ਕੰਟਰੋਲ ਕਰਨਾ ਹੈ ਇੱਥੋਂ ਹੀ ਕੀਤਾ ਜਾ ਸਕਦਾ ਹੈ ਕੰਨ ਦੇ ਪਿੱਛੇ ਦਿਮਾਗ ਦੇ ਉੱਪਰ ਇਹਦੇ ਸਪੈਸ਼ਲ ਕੋਈ ਪੁਆਇੰਟ ਹੈ ਜਿਵੇਂ ਹਰੇਕ ਜਾਨਵਰ ਨੂੰ ਕਾਬੂ ਕਰਨ ਲਈ ਵੱਖਰਾ ਵੱਖਰਾ ਘੋੜੇ ਨੂੰ ਕਾਬੂ ਕਰਨ ਲਈ ਉਹਦੇ ਮੂੰਹ 'ਚ ਲਗਾਮ ਪਾਇਆ ਜਾਂਦਾ ਹੈ। ਬਲਦ ਨੂੰ ਕੰਟਰੋਲ ਕਰਨ ਲਈ ਉਹਦੇ ਨੱਕ 'ਚ ਨੱਥ ਪਾਈ ਜਾਂਦੀ ਹੈ। ਹਰੇਕ ਜਾਨਵਰ ਦਾ ਵੀਕ ਪੁਆਇੰਟ ਹੁੰਦਾ ਕੋਈ ਨਾ ਕੋਈ। ਬੰਦੇ ਦਾ ਵੀ ਇਹ ਪਰ ਆਪਾਂ ਤਾਂ ਕਾਬੂ ਜਾਨਵਰਾਂ ਨੂੰ ਕੀਤਾ ਹੋਇਆ ਨਾ। ਸ਼ੇਰ ਨੂੰ ਬਿਜਲੀ ਦਾ ਛਾਂਟਾ ਰੱਖਿਆ ਜਾਂਦਾ ਜਿਸ ਨੂੰ ਚਾਬਕ ਕਹਿੰਦੇ ਉਹ ਬਿਜਲੀ ਵਾਲਾ ਹੁੰਦਾ ਹੈ। ਉਹਦੇ ਨਾਲ ਉਹਨੂੰ ਟ੍ਰੇਨਿੰਗ ਕੀਤੀ ਜਾਂਦੀ ਹੈ। ਰਿਛ ਨੂੰ ਕਾਬੂ 'ਚ ਕਰਨ ਲਈ ਉਹਦੇ ਕੋਈ ਵਸੇ ਨਹੀਂ ਚੱਲਦਾ ਉਹਦੇ ਦਿਮਾਗ ਵਿੱਚ ਰੱਸੀ ਪਾਈ ਜਾਂਦੀ ਹੈ ਮੈਂ ਛੋਟੇ ਹੁੰਦੇ ਨੇ ਪਿੰਡਾਂ 'ਚ ਅਰਿੱਚ ਲੈ ਕੇ ਆਉਂਦੇ ਹੁੰਦੇ ਸੀ ਜਿਹੜੇ ਖਟਾਉਂਦੇ ਹੁੰਦੇ ਸੀ ਉਹਦੇ ਤੋਂ ਕਰਤੱਬ ਕਰਾਉਂਦੇ ਤੇ ਉਹਦੇ ਦਿਮਾਗ ਦੇ ਵਿੱਚੋਂ ਦੀ ਰੱਸੀ ਪਾਈ ਹੁੰਦੀ ਸੀ ਹੈ ਬਹੁਤ ਹੀ ਕਨੌਣੀਆਂ ਹਰਕਤਾਂ ਇਹ ਐ ਸਮਝ ਲਓ ਵੀ ਹੁਣ ਮਹਿਸੂਸ ਹੁੰਦਾ ਵੀ ਇਨਹਿਊਮਨ ਹੈ ਤਾਂ ਹੀ ਸ਼ਾਇਦ ਇਹਨਾਂ ਤੇ ਚੀਜ਼ਾਂ ਤੇ ਪਾਬੰਦੀਆਂ ਲੱਗੀਆਂ ਸਰਕਸਾਂ ਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਲੱਗ ਚੁੱਕੀਆਂ ਨੇ ਕਿ ਜਾਨਵਰਾਂ ਦੇ ਉੱਤੇ ਜ਼ੁਲਮ ਹੁੰਦਾ ਉਹਦੇ ਦਿਮਾਗ ਤੇ ਕੰਟਰੋਲ ਕੀਤਾ ਜਾਂਦਾ ਹਾਥੀ ਦੇ ਅੰਕੁਸ਼ ਆ ਜਿਹੜਾ ਇੱਥੇ ਮਾਰਿਆ ਜਾਂਦਾ ਸਿਰ ਦੇ ਵਿੱਚ ਸਾਈਡ ਤੇ ਜਿੱਥੇ ਪਤਾ ਹੈ ਉਹਨਾਂ ਨੂੰ ਇਹਦਾ ਵੀਕ ਪੁਆਇੰਟ ਕਿੱਥੇ ਹੈ ਉਸ ਪੁਆਇੰਟ ਤੇ ਮਾਰ ਕੇ ਜਦੋਂ ਅਟੈਕ ਕਰਨ ਲਈ ਆਏ ਨੇ ਤਾਂ ਭਾਈ ਬਚਿੱਤਰ ਸਿੰਘ ਨੇ 나ਗਣੀ ਵਰਛਾ ਲੈ ਕੇ ਨਾਲ ਆਲਮ ਸਿੰਘ ਵਰਗੇ ਯੋਧੇ ਤੇ ਫੌਜ ਲੈ ਕੇ ਹਾਥੀ ਦੇ ਆਉਣ ਤੋਂ ਪਹਿਲਾਂ ਹੀ ਦਰਵਾਜ਼ਾ ਖੋਲ੍ਹ ਲਿਆ ਵੀ ਆਜੋ ਹਾਥੀ ਝੰਗਾੜਾ ਮਾਰਦਾ ਰਿਹਾ ਪਹਾੜੀਆਂ ਨੂੰ ਹੋ ਗਿਆ ਕਿ ਸ਼ਾਇਦ ਸਿੱਖ ਡਰ ਕੇ ਦਰਵਾਜ਼ਾ ਖੋਲ੍ਹਦਾ ਤੇ ਬਾਹਰ ਆ ਕੇ ਦਰਵਾਜ਼ਾ ਫੇਰ ਬੰਦ ਕਰ ਲਿਆ ਤੇ ਯੋਧੇ ਨੇ ਸੀਖ ਪਾ ਖੜਾ ਕੇ ਘੋੜਾ ਜਾਣ ਕੇ ਦੋ ਪੈਰਾਂ ਤੇ 나ਗਣੀ ਵਰਛਾ ਸੱਤ ਕਰਤਾਰ ਤੇ ਜਕਾਰਾ ਛੱਡ ਕੇ ਜਦੋਂ ਮਾਰਿਆ ਉਹਦੇ ਮੱਥੇ 'ਚ ਮੱਥਾ ਪਾੜਦਾ ਹਾਥੀ ਦਾ ਤੇ ਉਹ ਬਟਿਆਂ ਵਾਲਾ ਹੁੰਦਾ 나ਗਣੀ ਆਪਾਂ ਦੇਖਿਆ ਨਾ 나ਗਣੀ ਨੋਂ ਕਿਉਂ ਹੈ ਸੱਪ ਹਮੇਸ਼ਾ ਬਟਿਆਂ ਨਾਲ ਤੁਰਦਾ ਤੇ ਇਹ 나ਗਣੀ ਵਰਛਾ ਮੂਹੋਂ ਸਿੱਧਾ ਤੇ ਪਿੱਛੋਂ ਉਹਦੇ 'ਚ ਵੱਟ ਸੀ ਜਦੋਂ ਅੰਦਰ ਤਾਂ ਲੰਘ ਗਿਆ ਪਰ ਬਾਹਰ ਆਉਣ ਵੇਲੇ ਉਹਨੇ ਐ ਸਮਝ ਲਓ ਹਾਥੀ ਦਾ ਦਿਮਾਗ ਮਿੱਜ ਬਾਹਰ ਕੱਢ ਲਿਆਂਦੀ ਤੇ ਹਾਥੀ ਝੰਘਾੜਾ ਮਾਰਦਾ ਪੁੱਠਾ ਪੰਜਲੇ ਬਾਪਸ ਨੂੰ ਤੁਰ ਪਿਆ ਪਹਿਲਾਂ ਸ਼ਰਾਬ ਨਾਲ ਰੱਜਿਆ ਹੋਇਆ ਤੇ ਦੂਜਾ ਜ਼ਖਮੀ ਹੋ ਗਿਆ ਉਹਨੇ ਕਿਉਂਕਿ ਪਿੱਛੇ ਫੌਜ ਆ ਰਹੀ ਸੀ ਫੌਜ ਉਹ ਲਤੜਨੀ ਤੇ ਸੁੰਡ ਦੇ ਨਾਲ ਇਹਦੇ ਤਲਵਾਰਾਂ ਬਣੀਆਂ ਹੋਈਆਂ ਸੀ ਤਾਂ ਕਿ ਬੰਦਿਆਂ ਨੂੰ ਵੱਡਦਾ ਜਾਵੇ ਟ੍ਰੇਨਿੰਗ ਵੀ ਸੀ ਤੇ ਉਹਨੇ ਸੁੰਡ ਨਾਲ ਤੇ ਪੈਰਾਂ ਨਾਲ ਫੌਜ ਨੂੰ ਲਤੜਨਾ ਸ਼ੁਰੂ ਕਰਤਾ ਮਹਾਬਤ ਉਤੋਂ ਲਾ ਲਿਆ ਤੇ ਰਾਜਾ ਜਿਹੜਾ ਪਿੱਛੇ ਚੜ ਕੇ ਆ ਰਿਹਾ ਸੀ ਉਹ ਭਾਈ ਆਲਮ ਸਿੰਘ ਨੇ ਉਹਨੂੰ ਸੋਧਤਾ ਉਹਦਾ ਸਿਰ ਵੱਢ ਲਿਆ ਇਹ ਬੱਟੀ ਜਿਹੜਾ ਅਟੈਕ ਸੀ ਗੁਰੂ ਕੇ ਸ਼ੇਰਾਂ ਨੇ ਉਹ ਵੀ ਫੇਲ ਕਰਤਾ ਬੁਰੀ ਤਰ੍ਹਾਂ ਲੱਕ ਟੁੱਟ ਗਿਆ ਸ਼ਾਹੀ ਫੌਜ ਦਾ ਬਹੁਤ ਐ ਸਮਝ ਲਓ ਪੂਰੀ ਤਰ੍ਹਾਂ ਹਾਰ ਕੇ ਗਏ ਨੇ ਕੋਈ ਹੱਲ ਨਾ ਦਿਖਿਆ ਫੇਰ ਔਰੰਗਜ਼ੇਬ ਦੀ ਦਰਬਾਰ ਪਹੁੰਚੇ ਫੇਰ ਵੱਡੀਆਂ ਫੌਜਾਂ ਦੀ ਮੁਹਿਮ ਆਈ ਔਰ ਉਧਰੋਂ ਸਿੰਘਾਂ ਨੂੰ ਪਤਾ ਲੱਗਿਆ ਜਿੱਥੇ-ਜਿੱਥੇ ਪਤਾ ਲੱਗਿਆ ਕਾਰੋਬਾਰ ਸਾਂਭ ਕੇ ਗੁਰਦੇਵ ਦੇ ਚਰਨਾਂ 'ਚ ਹਾਜ਼ਰ ਹੋਣੇ ਸ਼ੁਰੂ ਹੋ ਗਏ ਇਹ ਲਿਖਿਆ ਮਿਲਦਾ ਹੈ ਵੀ ਤਕਰੀਬਨ 10000 ਸਿੱਖ ਅਨੰਦਪੁਰ ਸਾਹਿਬ ਇਕੱਠਾ ਹੋ ਗਿਆ ਸੀ ਛੋਟੀ ਜੀ ਗੱਲ ਨਹੀਂ ਪਤਾ ਕਿ ਹੁਣ ਇਹ ਜਿਹੜੀ ਲੜਾਈ ਹੈ ਆਨੰਦਪੁਰ ਸਾਹਿਬ ਦੀ ਗੁਰਦੇਵ ਨੂੰ ਵੀ ਪਤਾ ਹੈ ਸਿੱਖਾਂ ਨੂੰ ਵੀ ਪਤਾ ਹੈ ਔਰੰਗਜ਼ੇਬ ਨੂੰ ਵੀ ਪਤਾ ਹੈ ਪਹਾੜੀਆਂ ਨੂੰ ਵੀ ਪਤਾ ਹੈ ਤੇ ਜਿੰਨੇ ਉਹਦੇ ਜਰਨਲ ਭੇਜੇ ਨੇ ਉਹਨਾਂ ਨੂੰ ਵੀ ਪਤਾ ਹੈ ਇਹ ਲੜਾਈ ਇੱਕ ਏਕੜੀ ਕਰਕੇ ਮੁੱਕੂਗੀ ਜਦੋਂ ਔਰੰਗਜ਼ੇਬ ਨੇ ਵੱਡੀ ਸੈਨਾ ਭੇਜੀ ਸੀ ਇਹ ਹੁਣ ਫੈਸਲਾ ਕੌਣ ਲੜਾਈ ਹੈ ਇਹ ਐ ਨਹੀਂ ਇਹ ਐ ਨਹੀਂ ਮੁੱਕਣੀ ਨਬੇੜਾ ਹੋਊਗੀ ਹੋਊਗਾ ਇੱਕ ਪਾਸਾ ਲੱਗਣਾ ਹੀ ਲੱਗਣਾ ਹੈ ਹੁਣ ਸੋ ਇਸ ਲੜਾਈ ਵਿੱਚ ਤਿਆਰੀ ਗੁਰਦੇਵ ਪਾਤਸ਼ਾਹ ਜੀ ਨੇ ਵੀ ਪੂਰੀ ਕੀਤੀ ਉਧਰੋਂ ਰਾਜਿਆਂ ਨੇ ਮਹਾਰਾਜਿਆਂ ਨੇ ਸਾਰੇ ਇੱਕ ਪਾਸੇ ਇਹ ਕਰੋ ਪੂਰੀ ਸਲਤਨਤ ਹੈ ਤੇ ਇੱਕ ਪਾਸੇ ਉਹ ਸ਼ਾਂਤੀ ਪਸੰਦ ਸੰਤ ਸਿਪਾਹੀ ਨੇ ਗੁਰਦੇਵ ਨੇ ਸੰਤ ਸਿਪਾਹੀ ਬਣਾਏ ਨੇ ਨਾ ਕੱਲੇ ਸੰਤ ਬਣਾਏ ਨੇ ਨਾ ਕੱਲੇ ਸਿਪਾਹੀ ਹੁਣ ਇਹਨਾਂ ਸਮਿਆਂ 'ਚ ਅੰਗਰੇਜ਼ਾਂ ਤੋਂ ਪਹਿਲਾਂ ਤੱਕ ਸਿੱਖ ਇਤਿਹਾਸ 'ਚ ਤੁਹਾਨੂੰ ਕੋਈ ਸੰਤ ਨਹੀਂ ਦਿਖੂਗਾ ਭਾਈ ਜ਼ਰੂਰ ਮਿਲਣਗੇ ਜਿੰਨੇ ਦੇਖੂਗੇ ਭਾਈ ਨੇ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਸਤਕਾਰਯੋਗ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਭਾਈ ਜੱਸਾ ਸਿੰਘ ਆਲੂ ਵਾਲੀ ਆ ਭਾਈ ਦੀਪ ਸਿੰਘ ਜਿਹਨੂੰ ਬਾਬਾ ਦੀਪ ਸਿੰਘ ਜੀ ਵੀ ਕਹਿੰਦੇ ਨੇ ਆਪਾਂ ਸਾਰੇ ਭਾਈ ਨੇ ਸੰਤ ਨਹੀਂ ਕੋਈ ਹੈਗਾ ਹੁਣ ਇਹ ਜਦੋਂ ਪੈਦਾ ਹੋਏ ਨੇ ਕਿੱਥੋਂ ਹੋਏ ਨੇ ਆਪਾਂ ਅੱਗੇ ਗੱਲਾਂ ਕਰਾਂਗੇ ਕਿਉਂਕਿ ਗੁਰਦੇਵ ਨੇ ਅੱਡ-ਅੱਡ ਨਹੀਂ ਬਣਾਏ ਉਦੋਂ ਸੰਤ ਵੀ ਹੈਗੇ ਤੇ ਬਥੇਰੇ ਸੰਤ ਹਤੇ ਸਾਧੂ ਸੰਤ ਤੁਰੇ ਫਿਰਦੇ ਪਰ ਗੁਰਦੇਵ ਨੂੰ ਕੀ ਲੋੜ ਸੀ ਸੰਤ ਬਣਾਉਣ ਦੀ ਤੇ ਸਿਪਾਹੀ ਵੀ ਹੈਗੇ ਤੇ ਫੌਜਾਂ ਚ ਲੋੜ ਤਾਂ ਸੰਤ ਸਿਪਾਹੀ ਦੀ ਸੀ ਉਹ ਪੈਦਾ ਕੀਤੇ ਨੇ ਤੇ ਆਪ ਜਿਹੜੀ ਹੁਣ ਲੜਾਈ ਸ਼ੁਰੂ ਹੋਣੀ ਹੈ ਇਹ ਆਖਰੀ ਲੜਾਈ ਹੈ ਅਨੰਦਪੁਰ ਸਾਹਿਬ ਦੀ ਤੇ ਇੱਕ ਏਕੜੀ ਦੀ ਲੜਾਈ ਹੋਣੀ ਹੈ ਸੋ ਇੱਥੇ ਕਿਵੇਂ ਫੌਜਾਂ ਚੜ ਕੇ ਆਈਆਂ ਕੀ ਕੁਝ ਹੋਇਆ ਇਹ ਆਪਾਂ ਅੱਗੇ ਸਾਂਝ ਕਰਦੇ ਹਾਂ ਜੰਗ ਹੈ ਜਿਹੜਾ ਵੱਡਾ ਅਨੰਦਪੁਰ ਦਾ ਉਹ ਲੰਬਾ ਘੇਰਾ ਕਿਵੇਂ ਹੋਇਆ ਚਮਕੌਰ ਸਾਹਿਬ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਕਿਉਂਕਿ ਮੈਂ ਦੱਸਿਆ ਇਹ 1 ਏਕੜੀ ਦੀ ਹੈ ਗੁਰਦੇਵ ਨੇ ਪਬਲਿਕ ਨੂੰ ਆਮ ਲੋਕਾਂ ਨੂੰ ਕਹਿਤਾ ਕਿ ਜਿਹੜੇ ਜਾ ਸਕਦੇ ਨੇ ਜਾਓ ਪਰਿਵਾਰ ਸਾਰੇ ਦੇ ਸਾਰੇ ਸੁਰੱਖਿਅਤ ਥਾਂਾਂ ਤੇ ਪਹੁੰਚਾ ਦਿਓ ਕਿਉਂਕਿ ਲੜਾਈ ਹੁਣ ਵੱਡੀ ਤੁਰਨ ਲੱਗੀ ਹੈ ਕਿਉਂਕਿ ਦੂਰ ਅੰਦੇਸ਼ ਤੇ ਮੈਂ ਦੱਸ ਚੁੱਕਿਆ ਕਿ ਉਹਨਾਂ ਨੂੰ ਸਭ ਕੁਝ ਪਤਾ ਸੀ ਵੀ ਹੋਣਾ ਕੀ ਹੈ ਸਭ ਜਿਹੜਾ ਆਗੂ ਹੁੰਦਾ ਇਸ ਚੀਜ਼ ਨੂੰ ਜਾਣਦਾ ਸਾਰੇ ਸਿੱਖਾਂ ਦੇ ਪਰਿਵਾਰ ਸੁਰੱਖਿਅਤ ਥਾਂਾਂ ਤੇ ਪਹੁੰਚਾਤੇ ਪਰ ਆਪ ਦਾ ਪਰਿਵਾਰ ਨਹੀਂ ਭੇਜਿਆ ਕਿਉਂਕਿ ਆਗੂ ਨੂੰ ਪਤਾ ਹੁੰਦਾ ਕਿ ਜੇ ਮੈਂ ਆਪਦਾ ਪਰਿਵਾਰ ਭੇਜਦਾ ਤਾਂ ਸਿੱਖਾਂ ਦੇ ਜਾਂ ਲੋਕਾਂ ਦੇ ਦਿਲਾਂ ਤੇ ਗਲਤ ਅਸਰ ਪਾਉ ਉਹ ਡਰ ਜਾਣਗੇ ਦੂਜਾ ਹਰ ਮੁਸੀਬਤ ਸਹਿਣ ਲਈ ਸਿੱਖਾਂ ਨੂੰ ਦੇ ਆਗੂ ਨੂੰ ਤਿਆਰ ਰਹਿਣਾ ਪੈਣਾ ਸੀ ਗੁਰਦੇਵ ਹਰ ਮੁਸੀਬਤ ਨੂੰ ਆਪਣੇ ਆਪਣੇ ਪਰਿਵਾਰ ਤੇ ਸਹਿਣ ਲਈ ਤਿਆਰ ਤੇ ਆਪਦਾ ਪਰਿਵਾਰ ਨਹੀਂ ਭੇਜਿਆ ਹੋਰ ਸਿੱਖਾਂ ਦੇ ਜਿਨੇ ਜਿਨੇ ਪਰਿਵਾਰ ਨੇ ਜਾਣਾ ਚਾਹਿਆ ਉਹਨਾਂ ਨੂੰ ਭੇਜ ਦਿੱਤਾ ਸੋ ਫਿਰ ਇਹ ਕਿਵੇਂ ਜੰਗ ਹੋਈ ਕਿੱਦਾਂ ਹੋਈ ਇਹ ਆਪਾਂ ਅਗਲੇ ਸ਼ਨੀਵਾਰ ਸਾਂਝੀ ਕਰਾਂਗੇ ਸੋ ਇੰਨੀ ਕੁ ਸੇਵਾ ਪਰਵਾਨ ਕਰਨੀ ਹੌਲੀ ਹੌਲੀ ਕੋਸ਼ਿਸ਼ ਕਰਦੇ ਆਂ ਕਈ ਵੀਰਾਂ ਦੇ ਮੈਸੇਜ ਆਏ ਨੇ ਵੀ YouTube ਤੇ ਵੀ ਪਾਇਆ ਕਰੋ ਮੇਰਾ ਹਾਲ ਤੱਕ ਚੈਨਲ ਨਹੀਂ ਸੀ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਵੀ ਬਣਾ ਕੇ ਉਧਰ ਵੀ ਪਾ ਦਿਆ ਕਰਾਂਗੇ ਜਲਦੀ ਉਹ ਤਾਂ ਕਿ ਬਾਅਦ ਚ ਵੀ ਕੋਈ ਸੁਣ ਸਕੇ ਸੋ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ